ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਭ ਵਰਡ ਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਸਤਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਤਖ਼ਾ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ ਪਿਛਲੇ ਦਿਵਾਨਾਂ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛਠੰਬੀਰ ਵੱਡੇ ਯੋਧੇ ਬਹੁ ਪਰਉਪਕਾਰੀ ਅੰਤਰਜਾਮੀ ਬਾਲਾ ਭੋਲਾ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਆਪ ਜੀ ਮਾਲਵੇ ਦੇ ਵਿੱਚ ਵਿਚਰ ਰਹੇ ਨੇ ਜੋਧ ਰਾਏ ਜੀ ਸਾਹਿਬ ਜਿਨ੍ਹਾਂ ਦੇ ਵੱਡੇ-ਵਡੇਰਿਆਂ ਦੇ ਪਾਸ ਹਿੰਦੁਸਤਾਨ ਦੇ ਮੰਗੋਲ ਬਾਦਸ਼ਾਹਾਂ ਅਕਬਰ ਦਾ ਦਿੱਤਾ ਹੋਇਆ ਰਾਏ ਦਾ ਖਿਤਾਬ ਸੀ ਲੋਕ ਉਹਨਾਂ ਨੂੰ ਰਾਏ ਕਹਿ ਕੇ ਸਨਮਾਨ ਦਿੰਦੇ ਸਨ ਇਹਨਾਂ ਦੇ ਘਰੋਂ ਬੀਬੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖਣੀ ਸੀ ਉਹ ਗੁਰੂ ਕੀ ਵਡਿਆਈ ਰੋਜ਼ ਸਰਵਣ ਕਰਾਇਆ ਕਰਦੇ ਸੀ ਸਨ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ ਗੁਰੂ ਕੀ ਵਡਿਆਈ ਸੁਣ ਕੇ ਜੋਧ ਰਾਜ ਦੇ ਮਨ ਵਿੱਚ ਵੀ ਇੱਛਾ ਚਾਹ ਪੈਦਾ ਹੋਇਆ ਕਿ ਜਿਸ ਗੁਰੂ ਦੀ ਇੰਨੀ ਵਡਿਆਈ ਸੁਣੀ ਕਿ ਉਹਨਾਂ ਦੀਦਾਰ ਕੀਤਾ ਜਾਵੇ ਫਿਰ ਜੈਸਾ ਉਹਨੇ ਸਤਿਗੁਰੂ ਨੂੰ ਸੁਣਿਆ ਤੈਸਾ ਹੀ ਉਹਨੇ ਗੁਰੂ ਨੂੰ ਡੀਠ ਲਿਆ ਦੇਖ ਲਿਆ ਤੱਕ ਲਿਆ ਜਿਹਾ ਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਦੀਟ ਮਨ ਵਿੱਚ ਭਾਵਨਾ ਬਣੀ ਬਸਤਰ ਅਸਤਰ ਘੋੜੇ इत्यादक ਮਹਾਰਾਜ ਜੀ ਨੂੰ ਭੇਟ ਕੀਤੇ ਇਹਦੇ ਘਰੋਂ ਜੋ ਬੀਬੀ ਸੀ ਮਹਾਰਾਜ ਨੂੰ ਆਣ ਕੇ ਮਿਲੀ ਮਹਾਰਾਜ પ્રસન્ન ਹੋ ਕੇ ਬਾਹਰ ਦਿੱਤੇ ਦਸਵੇਂ ਜਾਮੇ ਵਿੱਚ ਹੋਰ ਵੀ ਨਿਹਾਲ ਕਰਾਂਗੇ ਇਸ ਤਰ੍ਹਾਂ ਇਹ ਮਹਾਰਾ ਦਾ ਸਿੱਖ ਬਣਿਆ ਤੋਂ ਇਸੇ ਪ੍ਰਕਾਰ ਸਾਧ ਸੰਗਤ ਜੀ ਜੇ ਇੱਕ ਧੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀ ਪ੍ਰੇਮਣ ਆਸਥਾ ਵਾਲੀ ਹੋਵੇ ਤੇ ਸਾਰੀ ਸੰਤਾਨ ਖਾਨਦਾਨ ਦਾ ਉਧਾਰ ਹੁੰਦਾ ਜੇ ਆਪਾਂ ਸੋਚਦੇ ਆਂ ਕਿ ਸਮਾਜ ਵਿੱਚ ਨੌਜਵਾਨ ਜੋ ਹਨ ਲੜਕੇ ਉਹ ਸਿੱਖੀ ਵਿੱਚ ਤਤਪਰ ਨਹੀਂ ਹਨ ਬਾਣੀਆਂ ਤੇ ਬਾਣੇ ਦੇ ਧਾਰਨੇ ਨਹੀਂ ਹਨ ਜੋ ਭੈੜੀਆਂ ਆਦੀਆਂ ਦੇ ਉਹ ਸ਼ਿਕਾਰ ਹਨ ਮਹਾਰਾਜ ਕਿਰਪਾ ਕਰਨ ਉਸ ਮਤ ਆਵੇ ਬਚਪਨ ਦੇ ਵਿੱਚ ਆਪ ਜੋੜੋ ਬੱਚਿਆਂ ਨੂੰ ਜੋੜੋ ਜੇ ਪੁੱਤ ਸਾਡੀ ਗੱਲ ਨਹੀਂ ਮੰਨਦੇ ਅਰਦਾਸ ਤੇ ਪ੍ਰਿਆਸ ਕਰੋ ਜਿਆਦਾ ਨਹੀਂ ਤਾਂ ਧੀਆਂ ਜ਼ਰੂਰ ਮੰਨਦੀਆਂ ਹਨ ਇੱਕ ਕੁਲ ਦਾ فاصلہ ਪਵੇਗਾ ਵੱਧ ਤੋਂ ਵੱਧ ਜੇ ਸਾਰੀਆਂ ਧੀਆਂ ਜੋ ਕਿ ਵਾਕਈ ਇਮਾਨਦਾਰ ਔਰ ਮਾਤਾ ਪਿਤਾ ਦੇ ਆਗਿਆਕਾਰ ਹੁੰਦੀਆਂ ਨੇ ਸੁਭਾਵਕ ਹੀ ਉਹਨਾਂ ਨੂੰ ਮਹਾਰਾਜ ਦੀ ਸਿੱਖੀ ਦ੍ਰਿੜ ਕਰਵਾਓ ਉਹ ਸਾਰੇ ਸਾਰੇ ਪਰਿਵਾਰ ਦਾ ਉਧਾਰ ਕਰ ਦੇਣਗੀਆਂ ਇਹ ਪਿਛਲੀ ਕਥਾ ਇਸ ਗੱਲ ਦਾ ਜਿੰਦਾ ਜાગਦਾ ਪ੍ਰਮਾਣ ਹੈ ਤੇ ਭਾਈ ਰੂਪ ਚੰਦ ਜੀ ਸਾਹਿਬ ਭਾਈ ਸਾਧੂ ਜੀ ਸਾਹਿਬ ਜੀ ਦੀ ਸਾਖੀ ਔਰ ਉਹਨਾਂ ਦਾ ਇਤਿਹਾਸ ਇਸ ਗੱਲ ਦੀ ਮਿਸਾਲ ਹੈ ਉਪਰੰਤ ਸਤਿਗੁਰੂ ਜੀ ਮਹਾਰਾਜ ਬੈਰਾਜਮਾਨ ਹਨ ਤੋਂ ਅਫਗਾਨਿਸਤਾਨ ਦੇ ਕਾਬਲ ਸ਼ਹਿਰ ਵਿੱਚੋਂ ਜੋ ਅੱਜ ਚਰਚਾ ਦਾ ਵਿਸ਼ਾ ਹੈ ਕੁਝ ਸਿੱਖ ਆਏ ਜਿਨ੍ਹਾਂ ਦੇ ਜਥੇਦਾਰ ਆਗੂ ਸਨ ਬਖਤ ਮਾਲ ਤੇ ਤਾਰਾ ਚੰਦ ਜੀ ਸਾਹਿਬ ਜੋ ਗੁਰੂ ਘਰ ਦੇ ਮਸੰਦ ਸਨ ਬਡੇਰੀ ਆਰ ਜਾਦੇ ਮਾਲਕ ਸਨ ਵੱਡੇ ਗਿਣਤੀ ਵਿੱਚ ਪੁਰਸੇ ਖਾਂ ਦਾ ਜੱਥਾ ਲੈ ਕੇ ਦਲ ਲੈ ਕੇ ਕਾਫਲਾ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਆਏ। ਦੇਖਿਆ ਅਜਬ ਅਜੀਬ ਨਜ਼ਾਰਾ ਔਰ ਕਿਧਰੇ ਸ਼ਸਤਰਾਂ ਦੇ ਖੜਕਦੀ ਆਵਾਜ਼ ਹੈ। ਕਿਧਰੇ ਰਬਾਬ ਦੀਆਂ ਤਾਬਾਂ ਹਨ। ਔਰ ਕਿਧਰੇ ਕੋਈ ਮਾਲਾ ਫੇਰਦਾ ਹੈ ਤੇ ਕਿਧਰੇ ਕੋਈ ਘੋੜਾ ਸਵਾਰੀ ਕਰਦਾ ਹੈ, ਕੋਈ ਸ਼ਿਕਾਰ ਖੇਡ ਕੇ ਆਉਂਦਾ ਹੈ ਤੇ ਮਹਾਰਾਜ પ્રસન્ન ਹੁੰਦੇ ਨੇ। ਕੋਈ ਭਜਨ ਕਰਕੇ ਆਉਂਦਾ ਤੇ ਮਹਾਰਾਜ ਨੂੰ ਮਾਲਾ ਦੇ ਕੇ ਨੇ ਵਾਜਦੇ ਨੇ। ਇਹ ਵੱਖਰਾ ਹੀ ਸਮੇਲ ਇੰਨਾ ਨਹੀਂ ਦੇਖਿਆ। ਇਨਾਂ ਨੇ afghan ਪਠਾਨ ਤੇ ਦੇਖੇ ਸਨ ਬੜੇ ਬੜੇ ਬਹਾਦਰ ਕੱਚਾ ਦੰਬਾ ਜ਼ਿਬਾ ਕਰਕੇ ਖਾਣ ਵਾਲੇ ਪਰ ਇਨਾਂ ਨੇ ਐਸੇ ਐਸੇ ਬਲ ਤੇ ਸ਼ਕਤੀ ਵਾਲੇ ਸਿੰਘ ਨਹੀਂ ਸੰ ਦੇਖੇ ਤੇ ਸ਼ਕਤੀ ਵੀ ਇਨਾਂ ਦੇ ਪਾਸ ਉਹ ਗਿਆਨੀ ਗਿਆਨ ਸਿੰਘ ਜੀ ਨਾਨੇ ਸ਼੍ਰੀ ਗੁਰਪੰਥ ਪ੍ਰਕਾਸ਼ ਵਿੱਚ ਲਿਖਿਆ ਹੋਇਆ ਔਰ ਤਵਾਰੀ ਗੁਰਖਾਲਸਾ ਦੇ ਵਿੱਚ ਵੀ ਕਿ ਜਦੋਂ ਇਹ ਮਾਲਵੇ ਦੇ ਵਿੱਚ ਆਏ ਤੇ ਮਲਵੇਈ ਸਿੱਖਾਂ ਨੇ ਇਨਾਂ ਨੂੰ ਮੋਠਾਂ ਦੀ ਦਾਲ ਜਾਂ ਮੋਠਾਂ ਦੀ ਦਾਲ ਦੇ ਸਮੇਤ ਖਿਚੜੀ ਜਿਹੜੇ ਪਕਵਾਨ ਪਦਾਰਥ ਇਹਨਾਂ ਨੇ ਕਦੀ ਖਾਦੇ ਨਹੀਂ ਸਨ ਖਾ ਖਾ ਕੇ ਪਦਾਰਥ ਤੇ ਆਪਣੀ ਭਾਸ਼ਾ ਪਛਤੋ ਵਿੱਚ ਜੋ ਬੋਲਦੇ ਹਨ ਅਫਗਾਨੀ ਸਿੱਖ ਆਦਵੀ ਪਸ਼ੋਰ ਕਾਬਲ ਗਜ਼ਨੀ ਆਦਿ ਕਸ਼ਾਰਾਂ ਵਿੱਚ ਰਹਿਣ ਵਾਲੇ ਪਸ਼ੋਰੀ ਸਿੱਖ ਜਿਨ੍ਹਾਂ ਦੀ ਵੱਡੀ ਗਿਣਤੀ ਹੁਣ ਵਿਦੇਸ਼ਾਂ ਵਿੱਚ ਵੀ ਹੈ ਇਧਰ ਯੂਰਪ ਸਾਈਡ ਵੀ ਦੇਖੇ ਨੇ ਔਰ ਇੰਗਲੈਂਡ ਦੇ ਸਾਊਥ ਹਾਲ ਵਿੱਚ ਵੀ ਇੱਕ ਵੱਡਾ ਜਥਾ ਦਿੱਲੀ ਵਿੱਚ ਵੀ ਕਾਬਲੀ ਸਿੱਖ ਪਸ਼ੋਰੀ ਸਿੱਖ ਹੈਗੇ ਇਹ ਪਛਤੋ ਵਿੱਚ ਗੁਰੂ ਨਾਨਕ ਦੇ ਘਰ ਦੇ ਲੰਗਰ ਦੀਆਂ ਤਰੀਫਾਂ ਕਰਨ ਮਤਲਬ ਇਹ ਸਿੱਖਾਂ ਦੇ ਬਣੇ ਹੋਏ ਹੱਥਾਂ ਦੇ ਪਕਵਾਨਾਂ ਦੀਆਂ ਇਹ ਮਹਾਰਾਜ ਦੇ ਚਰਨਾਂ ਵਿੱਚ ਆਨ ਕੇ ਹਾਜ਼ਰ ਹੋਏ। ਮਹਾਰਾਜ ਜੀ ਦਾ ਦੀਦਾਰ ਪਾਇਆ। ਮੇਵੜੀ ਇਹਨੇ ਅਰਦਾਸਾਂ ਕੀਤੀਆਂ ਮਹਾਰਾਜ ਫਲਾਣਾ ਸੇ ਅਖਾ। ਫਲਾਣੇ ਦੇਸ਼ ਵਿੱਚੋਂ ਫਲਾਣੇ ਕਸਬੇ ਵਿੱਚੋਂ ਫਲਾਣੀ ਵਸਤੂ ਲੈ ਕੇ ਆਇਆ। ਮਹਾਰਾਜ ਜੀ ਨੂੰ ਕੋਈ ਸਿੱਖ ਚੌਰ ਕਦੇ ਕੋਈ ਕੀਰਤਨ ਸੁਣੇ ਕੋਈ ਸੁਣਾਵੇ। ਇਹ ਸਾਰਾ ਨਜ਼ਾਰਾ ਦੇਖ ਕੇ ਧੰਨ ਧੰਨ ਚਹੁ ਦਿਸਤੇ ਕਰੇ। ਹਲਤ ਪਲਤ ਕੇ ਰੱਖੇ ਆਹ। ਗਰੀਬ ਨਿਵਾਜ ਆਪ ਲੋਕ ਪਰ ਲੋਕ ਕੇ ਰੱਖੇ ਹੋ। ਤੇ ਮਸੰਦ ਆਏ ਨੇ। ਆਨ ਕੇ ਮਹਾਰਾਜ ਨੂੰ ਨਮਸ਼ਕਾਰਾਂ ਕਰਦੇ ਹਨ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਅਖੀਰਲੀ ਕਥਾ ਦੇ ਬਚਨ ਬੁੱਝੀ ਕੁਸ਼ਲ ਸਤਿਗੁਰੂ ਬਤਾਈ ਮਨੋ ਕਾਮਨਾ ਸਭ ਨੇ ਪਾਈ ਇਹਨਾਂ ਨੇ ਮਹਾਰਾ ਨੂੰ ਆਪਣੀ ਸੁਖ ਸ਼ਾਨ ਦੱਸੀ ਬਚਨ ਵਿਲਾਸ ਹੋਇਆ ਤੇ ਦ੍ਰਿਸ਼ਟ ਮੇਹਰ ਕੀ ਤਿੰਨ ਪਰ ਡਾਰੀ ਖੁਸ਼ੀ ਕਰੀ ਸੰਗਤ ਲੱਖ ਪਿਆਰੀ ਆਪਣੀ ਪਿਆਰੀ ਸੰਗਤ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾ ਨੇ ਇਹਨਾਂ ਉੱਪਰ ਖੁਸ਼ੀ ਕੀਤੀ ਦਇਆ ਦ੍ਰਿਸ਼ਟੀ ਦੇ ਨਾਲ ਨਦਰਿਆ ਨਾਇਦ ਦੇ ਨਾਲ ਤੱਕਿਆ ਜਿਵੇਂ ਇਹ ਕਾਬਲੀ ਸਿੱਖ ਇਹ ਪਿਸ਼ੋਰੀ ਸੇਫ ਅਫਗਾਨੀ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ ਗੁਰੂ ਦਾ ਬਚਨ ਲੜੀ ਬਾਹਰੂਪ ਦੇ ਵਿੱਚ ਆ ਰਿਹਾ ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ ਗਰੀਬ ਨਿਵਾਜ ਮਹਾਰਾਜ ਦੀ ਕੀ ਪਵਿੱਤਰ ਗੋਦ ਔਰ ਦੇਸ਼ ਵਿਦੇਸ਼ ਪਰਦੇਸ਼ ਵਿੱਚ ਦੂਰਦਰਸ਼ਨ ਦੂਰ ਸਰਵਣ ਦੇ ਜ਼ਰੀਏ ਮਹਾਰਾਜ ਦੀ ਕਥਾ ਸਰਵਣ ਕਰ ਰਹੇ ਹਾਂ ਭਾਈ ਸਤਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਧਰੋ ਗੁਰੂ ਕੀ ਅੰਮ੍ਰਿਤਮਈ ਵਿਚਾਰ ਕਥਾ ਦੇ ਨਾਲ ਜੁੜੋ ਇਕਾਗਰਤਾ ਬਣਾਓ ਸ੍ਰੀ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਜਿਨ ਕੇ ਹਿਰਦੈ ਪ੍ਰੇਮ ਨਹ ਥੂਰਾ ਮਹਾਂ ਕਵੀ ਕਵੀਆਂ ਦੇ ਸਰਤਾਜ ਕਵੀ ਚੁੜਾਮਣ ਕਵੀ ਦਰਗਾਹੀ ਕਵੀ ਸ਼੍ਰੀ ਕਵੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲੀ ਲੜੀ ਦੀ ਕਥਾ ਜੋੜਦੇ ਹਨ ਕਹਿੰਦੇ ਇਹ ਕਾਬਲੀ ਸਿੱਖ ਇਹ ਪਿਸ਼ੌਰੀ ਸਿੱਖ ਇਹ ਅਫਗਾਨੀ ਸਿੱਖ ਮਹਾਰਾਜ ਦੇ ਪਾਸ ਆਏ ਨੇ ਵੱਡਾ ਜਥਾ ਲੈ ਕੇ ਇਹਨਾਂ ਦੇ ਹਿਰਦੇ ਵਿੱਚ ਅਥਾਹ ਪ੍ਰੇਮ ਹੈ ਬੇਅੰਤ ਪਿਆਰ ਹੈ ਬੌਧਾ ਪਿਆਰ ਹੈ ਥੋੜਾ ਨਹੀਂ ਵਾਰ-ਵਾਰ ਪਿਖ ਸਭ ਕੀ ਓਰਾ ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੇ ਸੋਹਣੇ ਕਮਲ ਸ੍ਰਿਖੇ ਨੈਤਰਾਂ ਦੇ ਨਾਲ ਵਾਰ-ਵਾਰ ਇਹਨਾਂ ਗੁਰਸਿੱਖਾਂ ਵੱਲ ਤੱਕਦੇ ਨੇ ਜਿਹਦੇ ਵੱਲ ਦੇਖਦੇ ਦੁਖਾਈ ਰਾਮ ਕੀ ਉਹਨੂੰ ਨਿਹਾਲ ਕਰੀ ਜਾਂਦੇ ਨੇ ਪੁੰਨੀ ਪਾਪੀ ਹੋ ਰਹੇ ਆ ਧਰਮੀਆਂ ਨੂੰ ਧਰਮ ਮਿਲਦਾ ਹੈ ਰੋਗੀ ਆ ਰੋਗ ਹੋ ਰਹੇ ਭਗਤਿਆਂ ਨੂੰ ਭਗਤਾਂ ਨੂੰ ਭਗਤੀ ਦਾ ਦਾਨ ਮਿਲਦਾ ਜਗਿਆਸੂ ਜਿਹੜੇ ਨੇ ਅਮਰ ਦ੍ਰਿਸ਼ਟੀ ਦੇ ਨਾਲ ਸੰਤ ਹੋਏ ਰਹੇ ਹਨ। ਦੂਜੋ ਬਹੁਰੇ ਮਸੰਦਨ ਸੰਗ ਉਸ ਵੇਲੇ ਸਤਿਗੁਰੂ ਜੀ ਮਹਾਰਾਜ ਜੀ ਨੇ ਬਖਤਮਲ ਔਰ ਤਾਰਾ ਚੰਦ ਇੱਕ ਹੋਰ ਮਸੰਦ ਦਾ ਨਾਮ ਤਵਾਰੀ ਗੁਰਖਾ ਸਾਹਿਬ ਵਿੱਚ ਗਿਆਨੀ ਗਿਆਨ ਸਿੰਘ ਜਣ ਲਿਖਿਆ ਮੈਨੂੰ ਭੁੱਲ ਗਿਆ ਇਹ ਤਿੰਨ ਬਸੰਦ ਸਨ। ਇਨਾਂ ਨੂੰ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਪੁੱਛਿਆ ਕੀ ਪੁੱਛਿਆ ਕਹੋ ਸકલ ਜਸ ਪੰਥਿ ਪ੍ਰਸੰਗ ਮਹਾਰਾਜ ਕਹਿਣ ਲੱਗੇ ਭਲਿਓ ਦੱਸੋ ਰਸਤੇ ਵਿੱਚ ਕੀ ਵਰਸੰਗ ਹੋਇਆ ਜੋ ਰਸਤੇ ਵਿੱਚ ਤੁਹਾਡੇ ਨਾਲ ਵਾਰਤਾ ਹੋਈ ਹੈ ਇੱਥੇ ਉਹ ਵਾਰਤਾ ਲੁਪਤ ਹੈ ਅੱਗੇ ਉਹਦਾ ਜਾ ਕੇ ਜ਼ਿਕਰ ਆਪਾਂ ਸਰਵਣ ਕਰਾਂਗੇ ਉਹ ਪ੍ਰਸੰਗ ਪੁੱਛਣ ਲੱਗੇ ਹਨ ਮਹਾਰਾਜ ਕੋਨ ਦੇਸ਼ ਕੋ ਚਲ ਕਰ ਆਏ ਮਹਾਰਾਜ ਕਹਿ ਲੱਗੇ ਭਾਈ ਕਿਹੜੇ ਦੇਸ਼ ਕਿਹੜੇ ਇਲਾਕੇ ਕਿਹੜੇ ਸ਼ਹਿਰ ਕਸਬੇ ਤੋਂ ਚਲ ਕੇ ਆਏ ਹੋ ਸ੍ਰੀ ਅੰਮ੍ਰਿਤਸਰ ਕੋ ਦਰਸਾਏ ਔਰ ਸ੍ਰੀ ਅਮਰ ਸਾਹਿਬ ਜੀ ਦਾ ਦਰਸ਼ਨ ਕੀਤਾ ਹੈ ਕਿ ਨਹੀਂ ਕੀਤਾ ਹੈ ਆਪ ਜੀ ਨੇ ਜਿਦੋਂ ਅਪਰਹੀ ਮਾਰਗ ਆਏ ਜਾਂ ਕਿਸੇ ਹੋਰ ਰਸਤੇ ਆਏ ਹੂੰ ਕਾਬਲੀ ਸਿੱਖ ਅੱਜ ਵੀ ਜਿਵੇਂ ਦਾਸ ਨੇ ਬੇਨਤੀ ਕੀਤੀ ਦਿੱਲੀ ਵਿੱਚ ਵੀ ਪਿਸ਼ੌਰੀ ਕਾਬਲੀ ਸਿੱਖਾਂ ਦਾ ਸੋ ਵੱਡਾ ਜਥਾ ਹੈ ਇੱਧਰ ਯੂਰਪ ਦੇ ਵਿੱਚ ਵੀ ਬਹੁਤ ਸਾਰੇ ਸਿੱਖਾਂ ਨੇ ਹਾਲੈਂਡ ਵਿੱਚ ਤੇ ਸਟੇ ਲਈ ਹੋਈ ਅਫਗਾਨੀ ਸਿੱਖਾਂ ਨੇ ਇੱਧਰ ਸਾਊਥ ਹਾਲ ਵਿੱਚ ਵੀ ਇੱਕ ਵੱਡਾ ਇਹਨਾਂ ਗੁਰਸਿੱਖਾਂ ਦਾ ਪਿਸ਼ੌਰੀ ਸਿੰਘਾਂ ਦਾ ਵੱਡਾ ਜਥਾ ਹੈ ਬੜੇ ਮਰਜ਼ਾਦਾ ਵਿੱਚ ਬੜੇ ਪਰਪੱਕ ਹੁੰਦੇ ਨੇ ਇਹਨਾਂ ਵਿੱਚ ਕੁਝ ਸਿੰਘ ਹੁੰਦੇ ਨੇ ਉਹਨਾਂ ਨੂੰ ਸਿੰਘ ਸਹਿਬਾਨ ਦਾ ਖਿਤਾਬ ਹੁੰਦਾ ਹੈ ਬਹੁਤਾਂ ਦੇ ਵਿੱਚ ਉਹ ਵਡੇਰੀ ਉਮਰਾ ਦੇ ਮਾਲਕ ਹੁੰਦੇ ਨੇ ਪੰਜ ਸਿੰਘ ਸਹਬਾਨਾ ਦੀ ਇੰਨਾ ਵਿੱਚ ਰਵਾਇਤ ਹੈ ਜਿਵੇਂ ਮਹਾਰਾਜ ਜੀ ਦੇ ਇਸ ਤਖਤ ਵਿੱਚ ਵੀ ਹੈ ਹਜ਼ੂਰ ਸਾਹਿਬ ਜੀ ਦੇ ਤਖਤ ਵਿੱਚ ਵੀ ਹੈ ਇਹ ਪੰਥ ਦੀ ਪ੍ਰਤਨ ਰਵਾਇਤ ਹੈ ਕਿ ਜੋ ਵੀ ਫੈਸਲਾ ਹੋਵੇ ਜੋ ਵੀ ਹੁਕਮ ਹੋਵੇ ਪੰਜ ਸਿੰਘ ਸਹਬਾਨਾ ਜੀ ਦਾ ਉਹ ਸਾਰਾ ਪੰਥ ਸੱਤ-ਸੱਤ ਕਰਕੇ ਮੰਨਦਾ ਉਹ ਪੰਜ ਸਿੰਘ ਸਹਬਾਨ ਵਿਸ਼ੇਸ਼ ਕਰਕੇ ਕੋਈ ਬਹੁਤੀ ਕਿਰਤ ਇਤਿਆਦਿਕ ਨਹੀਂ ਕਰਦੇ ਭਜਨ ਬੰਦਗੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਸੇਵਨਨ ਕਰਦੇ ਹਨ ਸਤਕਾਰ ਵੱੱਜਾ ਭਾਰੀ ਉਹਨਾਂ ਦਾ ਹੁੰਦਾ ਸਿੰਘ ਸਾਹਿਬਾਨ ਦਾ ਉਹਨਾਂ ਦੇ ਪਾਸ ਖitab ਹੁੰਦਾ ਤੇ ਕਾਬਲੀ ਜਿਹੜੇ ਸਿੱਖ ਨੇ ਗਜ਼ਨੀ ਔਰ ਕਾਬਲ ਪਿਸ਼ੌਰ ਤੇ ਆਦਕ ਦੇਣ ਵਾਲੇ ਪਿਸ਼ੋਰੀ ਸਿੱਖ ਵੀ ਜਿਨ੍ਹਾਂ ਨੂੰ ਆਪਾਂ ਅਫਗਾਨੀ ਸਿੱਖ ਕਹਿ ਲੋ ਸਮੂਹਕ ਰੂਪ ਦੇ ਵਿੱਚ ਇਹ ਸਾਰੇ ਸਾਰੇ ਪਰਿਵਾਰ ਇਹ ਕੀਰਤਨੀਏ ਹਾਂ ਆਪ ਇਹ ਮਹਾਰਾ ਦੀ ਬਾਣੀ ਦਾ ਕੀਰਤਨ ਪ੍ਰਕਾਸ਼ ਕਰਨਾ ਸਿੱਖੀ ਵਿੱਚ ਪ੍ਰਪੱਕ ਨੇ ਅੱਛਾ ਡੀਲ ਡੋਲ ਇਹਨਾਂ ਦਾ ਕਦ ਕਾਠ ਬੜਾ ਤਗੜਾ ਵਿਸ਼ੇਸ਼ ਦੇਖਨ ਨੂੰ ਮਿਲਦਾ ਚਿਹਰੇ ਲਾਲ ਐ ਦਗਦਾ ਕਰਦੇ ਹੋਏ ਤੇ ਨੇਤਰਾਂ ਦੇ ਵਿੱਚ ਬੜੀ ਲਾਲੀ ਭਖਦੀ ਐ ਇਹਨਾਂ ਗੁਰਸਿੱਖਾਂ ਦੇ ਸਿੱਧਕੀ ਨੇ ਸਿਰ ਢੀ ਹਨ ਤੇ ਕਦੇ ਸਵਾਲ ਹੀ ਨਹੀਂ ਵੈਦਾ ਹੁੰਦਾ ਵੀ ਕੋਈ ਅਫਗਾਨੀ ਸਿੱਖ ਕੋਈ ਕਾਬਲੀ ਕੋਈ ਪਿਸ਼ੋਰੀ ਸਿੱਖ ਉਹਦਾ ਕੋ ਧੀ ਪੁੱਤ ਕਿਸਾਂ ਦਾ ਬਿਆਦਬ ਕਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸਾਰੇ ਦੇ ਸਾਰੇ ਟੱਬਰਾਂ ਟੋਰਾਂ ਦੇ ਸਮੇਤ ਇਹ ਅਮਰਤੀਏ ਹਨ ਮਹਾਰਾ ਦਾ ਅਮਰਤ ਪ੍ਰਿਆਪਤ ਕਰਦੇ ਨੇ ਵੱਡੀ ਗਿਣਤੀ ਵਿੱਚ ਇਹ ਗਰੀਬ ਨਿਵਾਜ ਮਹਾਰਾ ਦੀ ਸਿੱਖੀ ਕਮਾਉਂਦੇ ਨੇ ਔਰ ਅਦਵੀ ਨਾ ਸਿਦਕੀ ਸਿੱਖਾਂ ਦੇ ਵਿੱਚ ਸਿਦਕ ਹੈ ਔਰ ਇਨ੍ਹਾਂ ਸਿੱਖਾਂ ਦੀ ਫਿਕਰ ਵਿੱਚ ਤੇ ਅੱਜ ਸਾਰਾ ਪੰਥੀ ਆਪਣੇ ਦਿਲ ਦੀ ਧੜਕਣ ਤੇਜ਼ ਕਰਕੇ ਬੈਠਾ ਹੋਇਆ ਕਿਉਂਕਿ ਤਾਲੀਬਾਨ ਜੋ ਅਫਗਾਨਿਸਤਾਨ ਦਾ ਇੱਕ ਸਮੁਦਾਇਕ ਗਰੁੱਪ ਹੈ ਸੰਗਠਨ ਹੈ ਜਿਹਦੇ ਅਰਥ ਨੇ ਸਟੂਡੈਂਟ ਜਾਂ ਵਿਦਿਆਰਥੀ ਜੋ ਭਾਈ ਨੰਦ ਲਾਲ ਜੀ ਸਾਹਿਬ ਜੀ ਨੇ ਵੀ ਆਪਣੇ ਅੰਮ੍ਰਿਤ ਬਚਨਾਂ ਵਿੱਚ ਤਾਲਿਬ ਸ਼ਬਦ ਲਿਖਿਆ ਨਾ ਮਤਲਬ ਵਿਦਿਆਰਥੀ ਇੱਛਾ ਰੱਖਣ ਵਾਲਾ ਪੜ੍ਹਨ ਵਾਲਾ ਤੋ ਉਹਨਾਂ ਦਾ ਕਬਜ਼ਾ ਹੋਣੇ ਤੇ ਕੁਝ ਦਹਿਸ਼ਤ ਦਾ ਮਾਹੌਲ ਹੈ ਗੁਰੂ ਗਰੀਬ ਨਵਾਜ਼ ਮਹਾਰਾਜ ਉਹਨਾਂ ਦੇ ਅੰਗ ਸੰਗ ਸਹਾਈ ਨੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛੇ ਆ ਰਾਇ ਮਹਾਰਾਜ ਅੰਗ ਸੰਗ ਸਹਾਈ ਨੇ ਉਹ ਮਹਾਰਾਜ ਦੀ ਸਿੱਖੀ ਸੰਭਾਲ ਕੇ ਬੈਠੇ ਹੋਏ ਸੋ ਸਰਦਾਰ ਗੰਡਾ ਸਿੰਘ ਜੀ ਇਹਨਾਂ ਨੇ ਆਪ ਇਤਿਹਾਸ ਲਿਖਿਆ ਖੁਦ ਪੜਤਾਲ ਵੀ ਕੀਤੀ ਬਹੁਤ ਸਾਰੇ ਅਸਥਾਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਜਿੱਥੇ ਸਤਗੁਰੂ ਗਰੀਬ ਨਵਾਜ਼ ਮਹਾਰਾਜ ਵਿਚਰਦੇ ਰਹੇ ਨੇ ਅਫਗਾਨਾਂ ਦੇ ਨਾਲ ਇਸ ਪ੍ਰਕਾਰ ਔਰ ਪੰਥ ਦੀ ਵੀ ਵੱਡੀ ਸਾਜ ਰਹੀ ਹੈ ਇਹਨਾਂ ਵਿੱਚੋਂ ਬੜੇ ਨੌਕਰ ਵੀ ਰਹੇ ਨੇ ਪੰਥ ਦੇ ਔਰ ਸਾਜ ਵੀ ਰਹੀ ਹੈ ਤੇ ਜੰਗ ਜੁੱਦ ਵੀ ਹੁੰਦੇ ਰਹੇ ਨੇ ਜਿਵੇਂ ਹੋਰ ਕੌਮਾਂ ਦੇ ਨਾਲ ਸਾਜ ਵੀ ਰਹੀ ਹੈ ਜੰਗ ਜੁੱਦ ਵੀ ਹੁੰਦੇ ਰਹੇ ਨੇ ਬੜੀ ਅश्चਰਜ ਖੇੜ ਹੈ ਕਿਧਰੇ ਕੋਈ ਸ਼ਰਧਾਲੂ ਬਣ ਕੇ ਮਹਾਰਾ ਦਾ ਪਲੰਗ ਚੁੱਕਦਾ ਤੇ ਕਿਧਰੇ ਕੋਈ ਮਹਾਰਾ ਦੇ ਗੜਵੇ ਦੇ ਨਾਲ ਹੀ ਮਰ ਜਾਂਦਾ ਆਪਣਾ ਆਪਾ ਗਵਾਉਂਦਾ ਹੈ ਇਹ ਗੁਰੂ ਕੀ ਮੌਜ ਹੈ ਇਹ ਜਿਹੜੇ ਕਾਬਲੀ ਪਿਸ਼ੋਰੀ ਸਿੱਖ ਨੇ ਇਹ ਮਹਾਰਾ ਦੇ ਪਾਸ ਆਏ ਇਹਨਾਂ ਦਾ ਵੱਖਰਾ ਹੀ ਰੰਗ ਢੰਗ ਵੱਖਰੀ ਆਬਾ ਸ਼ੁਭਾ ਵੇਖ ਕੇ ਨਾ ਮਹਾਰਾਜ ਕਹਿਣ ਲੱਗੇ ਭਾਈ ਕਿਹੜੇ ਦੇਸ਼ ਤੋਂ ਚੱਲ ਕੇ ਆਏ ਹੋ ਅਖੇ ਤੇ ਅੰਮ੍ਰਿਤਸਰ ਸਾਹਿਬ ਦੀਦਾਰ ਪਾਇਆ ਕਿ ਨਹੀਂ ਕਿ ਕਿਸੇ ਹੋਰ ਰਸਤੇ ਤੋਂ ਆਏ ਕੌਣ ਹੋ ਦੱਸੋ ਆਪ ਤੁਮ ਤੇ ਸੁਦ ਚਾਹਤ ਹੈ ਪਾਏ ਅਸੀਂ ਤੁਹਾਡੇ ਤੋਂ ਸਾਰੀ ਤੁਹਾਡੀ ਖਬਰ ਜਾਣਿਆ ਚਾਹੁੰਦੇ ਹਾਂ ਸੁਨਤ ਬਖਤ ਮਲ ਤਾਰਾ ਚੰਦ ਸੁਣ ਕਰਕੇ ਬਖਤ ਮਲ ਔਰ ਤਾਰਾ ਚੰਦ ਇਹ ਦੋ ਮਸੰਦ ਸਨ ਇਸ ਜੱਥੇ ਦੇ ਜੱਥੇਦਾਰ ਸਨ ਤੁੰਦ ਮਸੰਦ ਕਹਿਤ ਕਰ ਬੰਦ ਇਹ ਦੋਨੇ ਮਸੰਦ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਹਨ ਕਿਰਪਾ ਨਿਧਾਨ ਸੁਨੀ ਜਹ ਅਰਜੀ ਉਧਰ ਦੇ ਸ਼ਬਦ ਬੋਲਣੇ ਨਾ ਮੁਸਲਮਾਨਾਂ ਦੇ ਇਲਾਕਿਆਂ ਦੇ ਰਹਿਣ ਵਾਲੇ ਅੱਜ ਵੀ ਇਹ ਸਿੱਖ ਜਿਹੜੇ ਨੇ ਪਛਤੋ ਜਾਂ ਆਪਣੀ ਭਾਸ਼ਾ ਵਿੱਚ ਅਕਸਰ ਹੀ ਇਹ ਪੁਰਾਣੇ ਸ਼ਬਦ ਜਾਂ ਅਰਬੀ ਦੇ ਫਾਰਸੀ ਦੇ ਸ਼ਬਦ ਇਹਨਾਂ ਦੇ ਮੁੱਖ ਰਸਨਾ ਤੋਂ ਸੁਣੇ ਜਾ ਸਕਦੇ ਇਹਨਾਂ ਨੇ ਕਿਹਾ ਕਿਰਪਾ ਨਿਹਾਨ ਸਤਿਗੁਰੂ ਸਾਡੀ ਅਰਜ਼ੀ ਸਾਡੀ ਅਰਜ਼ ਸਾਡੀ ਬੇਨਤੀ ਹੈ ਸੁਣ ਲਵੋ ਆਪ ਭਈ ਜਥਾ ਸਭ ਸੰਗਤ ਮਰਜੀ ਜਿਵੇਂ ਸੰਗਤ ਦੇ ਨਾਲ ਹੋਈ ਹੈ ਮਰਜ ਦਾ ਅਰਥ ਰੋਗ ਜਾਂ ਪੀੜਾ ਹੈ ਇੱਥੇ ਲੁਪਤ ਹੈ ਇਹਨਾਂ ਦੀ ਕਥਾ ਇਹਨਾਂ ਦੀ ਕਥਾ ਹੋਰ ਗ੍ਰੰਥਾਂ ਵਿੱਚ ਲਿਖੀ ਹੋਈ ਹੈ ਕਿ ਇਸ ਜੱਥੇ ਦੇ ਨਾਲ ਇੱਕ ਸਿੱਖ ਵਪਾਰੀ ਜੁੜਿਆ ਸੀ ਉਹਦਾ ਨਾਮ ਸੀ ਕਰੋੜੀ ਮੱਲ ਬਚਨ ਥੋੜਾ ਜਿਹਾ ਸੁਣ ਲੈਣਾ ਇਹ ਕਿਉਂਕਿ ਕਈ ਦਿਨ ਇਹ ਕਥਾ ਚੱਲੇਗੀ ਅੱਗੇ ਹੁਣ ਇਹ ਪਿਸ਼ੌਰੀ ਸਿੱਖਾਂ ਦੇ ਨਾਲ ਸੰਬੰਧ ਰੱਖਦੀ ਕਥਾ ਸੋ ਕਰੋੜੀ ਮੱਲ ਉਹਦਾ ਨਾਮ ਸੀ ਉਹ ਵਪਾਰੀ ਸੀਗਾ ਤੇ ਸਮੁੰਦਰੀ ਘੋੜੇ ਹੁੰਦੇ ਨੇ ਇੱਕ ਘੋੜਿਆਂ ਦੀ ਨਸਲ ਹੁੰਦੀ دریਾਈ ਘੋੜੇ ਕਹਿੰਦੇ ਵੈਸੇ ਦਰਿਆ ਸਮੁੰਦਰ ਨੂੰ ਜਾਂ ਪਾਣੀ ਦੇ ਸਮਦਾਏ ਨੂੰ ਤੁਰਕ ਅਕਸਰ ਇਹ ਸ਼ਬਦ ਵਰਤਦੇ ਨੇ ਸਮੁੰਦਰੀ ਕਹ ਲਓ دریਾਈ ਕਹ ਲਓ ਇੱਕੋ ਹੀ ਗੱਲ ਕਹਿ ਲਓ ਉਹ ਐਸੇ ਘੋੜੇ ਹੁੰਦੇ ਨੇ ਕਿ ਪਾਣੀ ਵਿੱਚ ਚੱਲਣ ਦੀ ਐਸੀ ਉਹਨਾਂ ਦੇ ਕੋਲ ਤਰਬੀਅਤ ਹੁੰਦੀ ਹੈ ਕਿ ਅਸਵਾਰ ਨੂੰ ਭਿੱਜਣ ਤੱਕ ਨਹੀਂ ਦਿੰਦੇ ਹਾਂ ਫਿਰ ਜਦੋਂ ਉਹ ਜ਼ਮੀਨ ਤੇ ਚੱਲਦੇ ਨੇ ਤੇ ਇਦਾਂ ਲੱਗਦਾ ਕਿ ਜਿਵੇਂ ਪੈਰ ਧਰਤੀ ਤੇ ਨਾ ਲਾ ਰਹੇ ਉਹਨੂੰ ਉਲਟਾ ਉੱਡ ਰਹੇ ਹੋਣ ਤੇ ਹਵਾ ਨੂੰ ਕਹਿੰਦੇ ਪਿੱਛੇ ਹੋ ਜਾ ਕਹਿੰਦੇ ਮੈਂ ਅੱਗੇ ਲੰਘਣਾ ਪਿੱਛੇ ਹੋ ਜਾ ਹਵਾ ਨੂੰ ਵੀ ਕਰਾਸ ਕਰਦੇ ਨੇ ਇਹ ਦਰਿਆਈ ਘੋੜੇ ਉਹਨੇ ਅਸਲ ਵਿੱਚ ਲਿਖਿਆ ਹੋਇਆ ਤਵਾਰੀ ਗੁਰਖਾ ਖਾਲਸਾ ਵਿੱਚ ਇੱਥੇ ਜ਼ਿਕਰ ਨਹੀਂ ਆ ਰਿਹਾ ਅੱਗੇ ਆਵੇਗਾ ਤਵਾਰੀ ਗੁਰਖਾ ਖਾਲਸਾ 'ਚ ਲਿਖਿਆ ਕਿ ਉਹ ਜਿਹੜਾ ਵਪਾਰੀ ਸਿੱਖ ਸੀ ਕਰੋੜੀ ਮੱਲ ਉਹਦਾ ਨਾਂ ਸੀ ਉਹਨੇ ਦੋ ਬਸ਼ੇਰੇ ਲੈ ਕੇ ਨਾ ਦਰਿਆਈ ਇਹ ਪਾਲੇ ਸਨ ਤੇ ਨਾਮ ਕੀ ਧਰਿਆ ਦਿਲਬਾਗ ਤੇ ਗੁਲਬਾਗ ਬਹੁਤੇ ਚਾਹ ਦੇ ਨਾਲ ਇਹ ਘੋੜੇ ਉਤਸ਼ਾਹ ਦੇ ਨਾਲ ਉਹਨੇ ਪਾਲੇ ਸਨ ਬੜੀ ਮਿਹਨਤ ਕਰੇ ਖਰਖਰਾ ਫੇਰੇ ਅਖਰੇ ਸਤਨਾਵੈਗੁਰੂ ਦਾ ਜਾਪ ਕਰਿਆ ਕਰੇ ਜੇ ਉਹਨਾਂ ਨੂੰ ਕੋਈ ਚਣੇ इत्याਦਿਕ ਵੀ ਸਿਖਾਉਣੇ ਮਸੱਲਾ ਵੀ ਦੇਣਾ ਸਤਨਾਵੈਗੁਰੂ ਦਾ ਜਾਪ ਕਰਨਾ ਜਦੋਂ ਇਹ ਪਸ਼ੋਰੀ ਸਿੱਖਾਂ ਦਾ ਕਾਬਲੀ ਅਫਗਾਨੀ ਸਿੱਖਾਂ ਦਾ ਜੱਥਾ ਆਇਆ ਤੇ ਉਹ ਜਿਹੜੇ ਘੋੜੇ ਸਨ ਪਾਲ ਕੇ ਲਿਖਿਆ ਹੋਇਆ ਕਿ ਗੰਦੇ ਭੈੜੇ ਜੇ ਤੱਪੜ ਚੱਦਰਾਂ ਉਹਨਾਂ ਦੇ ਉੱਪਰ ਟਕੀਆਂ ਵੀ ਵੇਖਣ ਨੂੰ ਬਿਮਾਰ ਜੇ ਲੱਗਣ ਪਰ ਕਦੀ ਰਤਨ ਵੀ ਲਕਾਇਆ ਲੁਕਦੇ ਆ ਭਲਾ ਸੁੰਦਰਤਾ ਕਦੀ ਲੁਕਦੀ ਨਹੀਂ ਹੁੰਦੀ ਭਾਵੇਂ ਕਿਸੇ ਨੇ ਭੈੜੇ ਕੱਪੜੇ ਪਾਏ ਹੋਣ ਤੇ ਰੂਪ ਤੇ ਕੁਝਾਪਣ ਵੀ ਨਹੀਂ ਲੁਕਦਾ ਹੁੰਦਾ ਭਾਵੇਂ ਕੋਈ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੁੰਦਰ ਕਹਾਉਣ ਦਾ ਯਤਨ ਕਰ ਲਵੇ ਕਿੰਨੀ ਮਰਜ਼ੀ ਕੋਈ ਤਿਆਰੀ ਕਰ ਲਵੇ ਤੇ ਕਿੰਨੇ ਮਰਜ਼ੀ ਕੱਪੜੇ ਵੀ ਕਿਉਂ ਨਾ ਪਾ ਲਵੇ ਉਹ ਘੋੜੇ ਆਖਰ ਪਛਾਣੇ ਗਏ ਜਦੋਂ ਪਛਾਣੇ ਗਏ ਘੋੜੇ ਉਦੋਂ ਫਿਰ ਜਿਹੜਾ ਸੋ ਬਾਦਸ਼ਾਹ ਸੀ ਚਾਹ ਜਹਾਂ ਹਿੰਦੁਸਤਾਨ ਦਾ ਬਾਦਸ਼ਾਹ ਮੰਗੋਲ ਬਾਦਸ਼ਾਹ ਬੜੇ-ਬੜੇ ਲਾਹੂ ਲਸ਼ਕਰ ਦਾ مالک ਇਹਦੇ ਕੋਲ ਉਹ ਘੋੜੇ ਪਹੁੰਚੇ ਤੇ ਇਹ ਸਿੱਖ ਜਿਹੜਾ ਕਰੋੜੀ ਮਲ ਸੀਗਾ ਇਹਨੂੰ ਉਹਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਲਿਖਿਆ ਹੋਇਆ ਕਿ ਉਹਨੇ ਹਜ਼ਾਰਾਂ ਦੀ ਹੁੰਡੀ ਤੇ ਸੈਂਕੜਿਆਂ ਦਾ ਇਨਾਮ ਦਿੱਤਾ ਜਿਹਨੂੰ ਅੱਜ ਕੱਲ ਦੀ ਭਾਸ਼ਾ 'ਚ ਆਪਾਂ ਚੱਕ ਕਹਿ ਦਿੰਦੇ ਆ ਨਾ ਪਹਿਲਾਂ ਹੁੰਡੀ ਹੁੰਦੀ ਸੀ ਇਹਦਾ ਜ਼ਿਕਰ ਪੁਰਾਣੇ ਗ੍ਰੰਥਾਂ 'ਚ ਭਾਈ ਗੁਰਦਾਸ ਜੀ ਸਾਹਿਬ ਜਿਵੇਂ ਬਾਹਰ ਹੁੰਡੀ ਤੇ ਸਲਾਗਤ ਨਾ ਭਾਰ ਕਸ਼ ਅਗਾਇਦਾਏ ਪਾਇਤ ਲక్ష్ਮੀ ਅਪਾਰ ਜੀ ਜਿਹਨੂੰ ਆਪਾਂ ਚੱਕ ਕਹਿੰਦੇ ਆਂ ਨਾ ਅੱਜ ਕੱਲ ਦੀ ਭਾਸ਼ਾ ਵਿੱਚ ਪਹਿਲਾਂ ਹੁੰਡੀਆਂ ਹੁੰਦੀਆਂ ਸਨ ਤੇ ਹੁੰਡੀਆਂ ਇਹ ਵਿਸ਼ੇਸ਼ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਤੇ ਸਹੂਕਾਰਾਂ ਦੇ ਪਾਸ ਹੀ ਹੁੰਦੀਆਂ ਸਨ ਉਹ ਹੁੰਡੀ ਜਿਹੜੀ ਸੀਗੀ ਉਹ ਦੇ ਕੇ ਤੋੜ ਦਿੱਤਾ ਤੇ ਧੱਕੇ ਨਾਲ ਉਹ ਘੋੜੇ ਲੈ ਲੈ ਸਿੱਖ ਨੇ ਵਕਤ ਵਿਚ ਆ ਰਿਆ ਰੋਂਦਾ ਹੋਇਆ ਹੁੰਡੀ ਲੈ ਕੇ ਆ ਗਿਆ ਵੀ ਚਲੋ ਗੁਰੂ ਨੂੰ ਮੈਂ ਮਾਇਆ ਦੇ ਦਾਂਗਾ ਤੇ ਘੋੜੇ ਗੁਰੂ ਦੇ ਹੋਣਗੇ ਤੇ ਗੁਰੂ ਦੇ ਪਾਸ ਵੀ ਆ ਜਾਣਗੇ ਹਿਰਦੇ ਵਿੱਚ ਸੱਲ ਰੱਖ ਕੇ ਦੁੱਖ ਰੱਖ ਕੇ ਉਹ ਸਿੱਖ ਖੂਨ ਦੇ ਹੰਝੂ ਰੋ ਕੇ ਬਾਦਸ਼ਾਹੀ ਕਚਹਿਰੀ ਵਿੱਚ ਆਉਂਦੇ ਦਰਬਾਰ ਵਿੱਚੋਂ ਇਸ ਜੱਥੇ ਦੇ ਸਮੇਤ ਸਾਧ ਸੰਗਤ ਦੀ ਆਇਆ ਸੀ ਤੇ ਇਹਨਾਂ ਨੇ ਆਣ ਕੇ ਦੱਸਿਆ ਸੀ ਮਹਾਰਾਜ ਇਸ ਤਰ੍ਹਾਂ ਉਹ ਘੋੜੇ ਖੋਲੇ ਨੇ ਇਹ ਸਿੱਖ ਬੜਾ ਜਿਆਦਾ ਭਾਰੀ ਉਦਾਸੀ ਮਹਾਰਾਜ ਦੇ ਕੋਲ ਆਣ ਕੇ ਉੱਚੀ ਉੱਚੀ ਪੱਭਾਂ ਮਾਰ ਕੇ ਰੋਇਆ ਸੀ ਕਿ ਸਤਗੁਰੂ ਮੈਂ ਤੇਰੇ ਵਾਸਤੇ ਘੋੜੇ ਤਿਆਰ ਕੀਤੇ ਸੀ ਤੇ ਉਹ ਪਾਪੀ ਉਹਦੇ ਤੇ ਅਸਵਾਰ ਹੋਵੇਗਾ ਮਹਾਰਾਜ ਕਹਿੰਦੇ ਫਿਕਰ ਨਾ ਕਰ ਉਹਨੂੰ ਉੱਤੇ ਚੜ੍ਹਨ ਦਾ ਅਵਸਰ ਨਹੀਂ ਮਿਲੇਗਾ ਫਿਕਰ ਨਾ ਕਰ ਸਾਡੇ ਘੋੜੇ ਸਾਡੇ ਕੋਲ ਆਉਣਗੇ ਉਹ ਫਿਰ ਅੱਗੇ ਬੜੀ ਲੰਮੀ ਚੌੜੀ ਕਈ ਦਿਨ ਇਹ ਘੋੜਿਆਂ ਦੀ ਕਥਾ ਚੱਲੇਗੀ ਤਾਂ ਇਸੇ ਪ੍ਰਕਾਰ ਇੱਥੋਂ ਹੁਣ ਉਹ ਲੁਪਤੀ ਜਿਹੜੀ ਜ਼ਾਹਰ ਹੁੰਦੀ ਹੈ ਕਿਰਪਾ ਨਿਧਾਨ ਸੁਨੀਆਂ ਹੈ ਅਰਜੀ ਭਈ ਜਥਾ ਸਭ ਸੰਗਤ ਮਰਜ਼ੀ ਮਰਜ਼ ਰੋਗ ਪੀੜਾ ਸੱਲ ਦੁੱਖ ਜੋ ਸੰਗਤ ਦਾ ਦੁੱਖ ਹੈ ਸੋ ਲਬੋ ਮਹਾਰਾਜ ਸੂਦੇ ਮਗਲਬਪੁਰ ਕੋ ਆਏ ਮਹਾਰਾਜ ਲਾਹੌਰ ਤੋਂ ਰਸਤੇ ਵਿੱਚ ਭਾਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਅਸੀਂ ਦੂਰੋਂ ਤਾਂ ਨਮਸਕਾਰ ਕੀਤੀ ਪਰ ਅੰਮ੍ਰਿਤ ਸਰੋਵਰ ਵਿੱਚ ਦਰਸ਼ਨ ਇਸ਼ਨਾਨ ਨਹੀਂ ਕੀਤਾ ਸਿੱਧੇ ਤੁਹਾਡੇ ਪਾਸ ਹਰੀਕੇ ਪਤਨ ਲੰਘ ਕੇ ਮਾਲਵੇ ਵਿੱਚ ਤੁਹਾਡੇ ਪਾਸ ਹੀ ਆਏ ਫਟਤ ਚਹਤ ਅੰਮ੍ਰਿਤ ਸਰ ਜਾਏ ਅੰਮ੍ਰਿਤਸਰ ਸਾਹਿਬ ਜਾਣਾ ਚਾਹੁੰਦੇ ਆਂ ਵਾਪਸੀ ਤੇ ਹਟਦੇ ਆਂ ਹੋਇਆਂ ਜਾਵਾਂਗੇ ਪਹਿਲਾਂ ਸਾਡਾ ਦੁੱਖ ਸੁਣ ਲਵੋ ਰਬਰ ਕੋ ਦਰਸ਼ਨ ਬੁਛਾਹਾਰਾ ਤੁਹਾਡੇ ਦਰਸ਼ਨਾਂ ਦੀ ਮਨ ਵਿੱਚ ਬਹੁਤੀ ਪ੍ਰਭਲ ਇੱਛਾ ਸੀ ਉਡੀਕ ਨਾ ਹੋਈ ਇਸੇ ਹੇਤ ਪੂਰਬ ਤੁਮ ਪਾ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਆਪ ਜੀ ਦੇ ਪਾਸ ਹੀ ਆਏ ਹਾਂ ਕਿਤਿਆ ਤੱਕ ਪ੍ਰਸੰਗ ਮੰਗ ਕੇ ਰਾਹ ਇਤਿਆਦਿਕ ਰਸਤੇ ਦੇ ਜਿਹੜੇ ਹੋਰ ਪ੍ਰਸੰਗ ਹਨ ਸੁਣ ਬੋਲੇ ਸਤਿਗੁਰ ਤੇ ਸਵੇਰਾ ਸੁਣ ਕਰਕੇ ਸਤਗੁਰੂ ਜੀ ਮਾਨ ਨੇ ਹੌਸਲਾ ਦਿੱਤਾ ਕਿ ਸੇਖੋ ਕੋਈ ਨਹੀਂ ਫਿਕਰ ਨਾ ਕਰੋ ਇਹ ਪਹਿਲਾਂ ਬਾਜ ਦੀ ਗੱਲ ਹੋਈ ਸੀ ਹੁਣ ਬਾਜ ਤੋਂ ਬਾਜ ਤੇ ਗੱਲ ਆ ਗਈ ਬਾਜ ਉੱਡਣ ਵਾਲੇ ਪੰਛੀ ਨੂੰ ਵੀ ਕਹਿੰਦੇ ਨੇ ਜਿਹਦਾ ਨਾਰ ਜ਼ੁਰਰਾ ਹੈ ਬਾਜ ਮੱਦਾ ਹੈ ਤੇ ਬਾਦ ਅਰਬੀ ਵਿੱਚ ਘੋੜੇ ਨੂੰ ਵੀ ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਗੁਰਦਸਪਤਿ ਪਾਸ਼ਾ ਮਾਨ ਨੇ ਜਫਰ ਨਾਮੇ ਦੀ ਅਮਰਤਮਾਨੀ ਸ੍ਰੀ ਦਸਮਾਹ ਰਾਜ ਵਿੱਚ ਲਿਖਿਆ ਹੋਇਆ ਹੈ ਇਹ ਬਾਜ ਤੋਂ ਗੱਲ ਬਾਜ ਤੇ ਆ ਗਈ ਐ ਫਿਰ ਲਾਭਪੁਰ ਸਾਹਿਬਾਂ ਕੀ ਬਾਤ ਹੋਰ ਜਾ ਕੇ ਲਾਹੌਰ ਸ਼ਾਹਜਹਾਂ ਦੀ ਬਾਤ ਦੱਸੋ ਉਹਦੇ ਬਾਰੇ ਸਾਨੂੰ ਦੱਸੋ ਸਾਡੇ ਦੁਸ਼ਮਣ ਬਾਰੇ ਜੋ ਸਾਡੇ ਨਾਲ ਦੁਸ਼ਮਣੀ ਕਰਦਾ ਹੈ ਕਿੰਨੇ ਖੀ ਕਹੀ ਅਹ ਬਖਿਆਤ ਉਹਦੀ ਕੀ ਕਥਾ ਮਾਰਦਾ ਉਹਦੇ ਕੀ ਹਾਲੇ ਚਾਲੇ ਨੇ ਕੀ ਹਾਲਾਤ ਹਨ ਓ ਸਾਡੇ ਤਾਂ ਹੀ ਫਰਮਾਓ ਕਿਤਕ ਬਾਹਨੀ ਬਾਹਰ ਪਰੀ ਤੇ ਸ਼ਹਿਰ ਤੋਂ ਬਾਰ ਬਾਰ ਪਹਿਲਾਂ ਫੌਜ ਸਾਰੀ ਸ਼ਹਿਰ ਤੋਂ ਬਾਹਰ ਬਾਰੀ ਹੁੰਦੀ ਸੀ ਕਿਉਂਕਿ ਵੱਡੀ ਗਿਣਤੀ ਵਿੱਚ ਉਹਨਾਂ ਵਿੱਚ ਬਲਦ ਉੱਠ ਘੋੜੇ ਵਸ਼ੇਰੇ ਹਾਥੀ इत्याਦਿਕ ਹੋਇਆ ਕਰਦੇ ਸਨ ਅੱਜ ਵੀ ਵੇਖ ਲਓ ਦਲਪੰਥ ਜਦੋਂ ਉਤਰਦੇ ਨੇ ਸ਼ਹਿਰ ਤੋਂ ਬਾਹਰ ਬਾਰ ਇਥੇ ਦਸਵੇਂ ਪਾਸ਼ਾ ਮਹਾਰਾਜ ਦੇ ਪੁਰਬ ਤੇ ਗੁਰਦਸਵੇਂ ਪਾਸ਼ਾ ਮਹਾਰਾਜ ਦੀਆਂ लाਡਲੀਆਂ ਗੁਰੂ ਕੇ लाडले ਸਿੰਘ ਪੁੱਤ ਸਾਰੇ ਹੁੰਦੇ ਪਰ ਕੁਝ ਲਾਡਲੇ ਹੁੰਦੇ ਲਾਡ ਦੇ ਨਾਲ ਪਾਲੇ ਹੁੰਦੇ ਜਿਨ੍ਹਾਂ ਦਾ ਮਾਂ ਪਿਓ ਵੀ ਕਦੀ ਇਤਰਾਜ਼ ਨਹੀਂ ਕਰਦੇ ਗੁਰੂ ਕੀਆ ਦਾਲੀਆਂ ਫੌਜਾਂ ਅੱਜ ਵੀ ਸ਼ਹਿਰ ਦੇ ਬਾਹਰ-ਬਾਰ ਗੁਰਦੁਆਰਾ ਗੁਰੂ ਬਾਗ ਜਿੱਥੇ ਸ਼ੁਭਾਏਮਾਨ ਉਹਥੇ ਦਲਪੰਥ ਸਾਰੇ ਸਮੁੱਚਾ ਪੰਥ ਉਹਥੇ ਆਨ ਕੇ ਉਤਰਦਾ ਬੁੱਢਾ ਦਾਲ ਤਰਨਾਂ ਦਾਲੇ ਇਤਿਹਾਦਕ ਤੋਂ ਲੈ ਕੇ ਬਹਾਦਰ ਬਾਬਾ ਬਿਧੀ ਜਾਨ ਜੀ ਸਾਹਿਬ ਜੀ ਦਾ ਖਾਨਦਾਨ ਪਰਿਵਾਰ ਬਾਬਾ ਅਵਤਾਰ ਸਿੰਘ ਸਾਹਿਬ ਜੀ ਦੇ ਜਥੇ ਦੇ ਸਮੇਤ ਤਾਂ ਇਹ ਫੌਜਾਂ ਜਿਹੜੀਆਂ ਹਮੇਸ਼ਾ ਸ਼ਹਿਰਾਂ ਤੋਂ ਬਾਹਰ-ਬਾਰ ਹੀ ਉਤਰਦੀਆਂ ਆਈਆਂ ਨੇ ਇਹ ਰਵਾਈਤਾਂ ਹਨ ਤੇ ਇਹ ਇਹਦੇ ਵਿੱਚ ਹੀ ਸੁਵਿਧਾ ਤੇ ਸੁਖ ਹੈ ਤੇ ਸਹੂਲियत ਔਰ ਆਨੰਦ ਹੈ ਫਿਰ ਮਹਾਰਾਜ ਨੇ ਪੁੱਛਿਆ ਕਿ ਸ਼ਹਿਰ ਦੇ ਬਾਹਰ ਵਾਰ ਲਾਹੌਰ ਦੇ ਕਿੰਨੀ ਇੱਕ ਫੌਜ ਹੈ ਸ਼ਾਹਜਹਾਨ ਦੇ ਪਾਸ ਦੱਸੋ ਆਪ ਕੇਤਕ ਤੀਰ ਬਿ ਲੋਕਣ ਕਰੀ ਉਹਦੇ ਆਪਣੇ ਪਾਸ ਕਿਲੇ ਵਿੱਚ ਕਿੰਨੀ ਫੌਜ ਤਾਇਨਾਤ ਹੈ ਤੇ ਬਾਹਰ ਕਿੰਨੀ ਕ ਫੌਜ ਹੈ ਇਹ ਦੱਸੋ ਸਾਨੂੰ ਜੁਲਮ ਸੰਦ ਕਹਿਣ ਪੁਣਾ ਲਾਗੇ ਉਸ ਵੇਲੇ ਦੋਨੇ ਮਸੰਦ ਬਖਤ ਮਾਲ ਤੇ ਤਾਰਾ ਚੰਦ ਇਹ ਮਹਾਰਾਜ ਨੂੰ ਕਹਿਣ ਲੱਗੇ ਹਨ ਜਤਾ ਪਖੀ ਸੋ ਕਹ ਤੁਮ ਆਗੇ ਮਹਾਰਾਜ ਉਹ ਅਸੀਂ ਨਜ਼ਾਰਾ ਨੇਤਰਾਂ ਦੇ ਨਾਲ ਤਕਿਆ ਉਹ ਆਪ ਜੀ ਦੇ ਤਾਂ ਹੀ ਫਰਮਾਉਂਦੇ ਹਾਂ ਜਿਸ ਦਿਨ ਹਮ ਲਬਪੁਰ ਮਹ ਆਏ ਮਹਾਰਾਜ ਜਦੋਂ ਅਸੀਂ ਅਫਗਾਨਿਸਤਾਨ ਦੇ ਕਾਬਲ ਸ਼ਹਿਰ ਵਿੱਚੋਂ ਗਜ਼ਨੀ ਵਿੱਚੋਂ ਪਿਸ਼ੌਰ ਦੇ ਹੋਰ ਕਸਬਿਆਂ ਤੇ ਪਿੰਡਾਂ ਦੇ ਵਿੱਚੋਂ ਜੱਥਾ ਲੈ ਕੇ ਅਸੀਂ ਵਾਇਆ ਲਾਹੌਰ ਆਪ ਜੀ ਦੇ ਪਾਸ ਆ ਰਹੇ ਸੀਗੇ ਡੇਰਾ ਕੀ ਨ ਦੇਖ ਸੁਭ ਥਾਈ ਇਹ ਕਾਹ ਸੋਹਣੀ ਜਗ੍ਹਾ ਦੇਖ ਕੇ ਇਕਾਂਤ ਜਗ੍ਹਾ ਦੇਖ ਕੇ ਆਪਣਾ ਡੇਰਾ ਕੀਤਾ ਲਾਹੌਰ ਵਿੱਚ ਰਾਤ ਰੁਕਣ ਵਾਸਤੇ ਤੁਰਕਣ ਤੇ ਹਮ ਤਬ ਹੂੰ ਸੁਨਿਓ ਉਸ ਦਿਨ ਅਸੀਂ ਤੁਰਕਾਂ ਦੇ ਪਾਸੋਂ ਮੁਗਲਾਂ ਦੇ ਪਾਸੋਂ ਇਹ ਸੁਣਿਆ ਸੀਗਾ ਸਾਬ ਕਰੀਦ ਪ੍ਰਾਤ ਕੋ ਭਨਿਓ ਇਹ ਕੱਲ ਸਵੇਰੇ ਬਕਰੀ ਦਾ ਦਿਹਾੜਾ ਹੈ ਬਲੀ ਚੜਾਉਣਗੇ ਇਹ ਜ਼ੁਬਾਹ ਕਰਨਗੇ ਜਾਨਵਰਾਂ ਨੂੰ ਸਾਹ ਜਹਾਨਿਕ ਸਹੰਗੇ ਬਾਹਰ ਪ੍ਰਕਰ ਨੇ ਦੱਸਿਆ ਵੀ ਕੱਲ ਸਵੇਰੇ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹ ਜਹਾਂ ਜਹਾਂਗੀਰ ਦਾ ਪੁੱਤ ਤੇ ਔਰੰਗਜ਼ੇਬ ਦਾ ਬਾਪ ਜਿਹਦਾ ਬਹੁਤ ਵੱਡਾ ਲਾਹੂ 22 ਜਾਂ 21 ਲੱਖ ਸੈਨਿਕ ਦੱਸੇ ਨੇ ਇਹਦੇ ਬਾਰੇ ਫਿਰ 35000 ਇਹਦੇ ਕੋਲ ਤੋਪਾਂ ਸਨ ਤੇ 50000 ਇਹਦੇ ਕੋਲ ਜ਼ਮੂਰੇ ਸਨ 10000 ਛੋਟੇ ਵੱਡੇ ਕਿਲੇ ਸਨ ਇਹ ਮੰਗੋਲ ਬਾਦਸ਼ਾਹ ਸੀਗਾ ਹਿੰਦੁਸਤਾਨ ਦਾ ਬਾਦਸ਼ਾਹ ਸੀ ਤੇ ਜਿਹਦਾ ਹਿੰਦੁਸਤਾਨ ਤੇ ਰਾਜ ਹੁੰਦਾ ਸੀ ਕਰੀਬਨ ਏਸ਼ੀਆ ਦੇ ਉੱਪਰ ਹੀ ਉਹਦੀ ਡੁਗਡੁਗੀ ਵੱਜਦੀ ਸੀ ਐਡਾ ਵੱਡਾ ਲਾਹੂ ਲਸ਼ਕਰ ਦਾ ਮਾਲਕ ਸੀ ਸ਼ਾਹਜਹਾਨ ਜਿਹੜਾ ਸੀਗਾ ਤੋ ਕਿਹਾ ਮਹਾਰਾਜ ਸਾਨੂੰ ਪਤਾ ਲੱਗਿਆ ਕਿ ਕੱਲ ਹਿੰਦੁਸਤਾਨ ਦਾ ਬਾਦਸ਼ਾਹ ਆਪਣੇ ਕਿਲੇ ਵਿੱਚੋਂ ਨਿਕਲੇਗਾ ਬਕਰੀ ਦੇ ਦਿਨ ਉਹ ਨਿਵਾਜ਼ ਗੁਜ਼ਾਰੇਗਾ ਕਰ ਹੈ ਨਿਵਾਜ਼ ਸਭਨ ਮਹਜਾਹਰ ਸਾਰੀ ਦੁਨੀਆ ਦੇ ਸਾਹਮਣੇ ਕਿਉਂਕਿ ਬਾਦਸ਼ਾਹ ਲੋਕ ਕਦੇ-ਕਦੇ ਬਾਹਰ ਆਉਂਦੇ ਨੇ ਜਿੰਦੋਂ ਕੋ ਖਾਸ ਦਿਹਾੜਾ ਈਦ ਬਕਰੀਦ ਇਤਿਹਾਦਕ ਦਾ ਉਦੋਂ ਫਿਰ ਸਾਰੀ ਜਨਤਾ ਦੇ ਸਾਹਮਣੇ ਵੱਡੇ ਸਾਰੇ ਪੰਡਾਲ ਦੇ ਵਿੱਚ ਮੈਦਾਨੀ ਇਲਾਕੇ ਵਿੱਚ ਆਗੂ ਹੋ ਕੇ ਕਾਜ਼ੀ ਦੇ ਪਾਸ ਹੋ ਕੇ ਬਾਦਸ਼ਾਹ ਲੋਕ ਜਿਹੜੇ ਨੇ ਉਹ ਨਿਵਾਜ਼ ਗੁਜ਼ਾਰਦੇ ਨੇ ਇਹ ਰਵਈਤਾਂ ਹਨ ਉਦੋਂ ਫਿਰ ਆਪਣੀ ਸੁਰੱਖਿਆ ਇਤਿਹਾਦਕ ਦਾ ਵੀ ਇਹ ਬਹੁਤਾ ਪਰਵਾਹ ਨਹੀਂ ਕਰਦੇ ਭਾਵੇਂ ਫੌਜਾਂ ਤਾਇਨਾਤ ਹੁੰਦੀਆਂ ਨੇ ਤੇ ਮਹਾਰਾਜ ਜਦੋਂ ਸਾਨੂੰ ਪਤਾ ਲੱਗਿਆ ਕਿ ਕੱਲ ਹਿੰਦੁਸਤਾਨ ਦਾ ਬਾਦਸ਼ਾਹ ਆਮ ਜਨਤਾ ਵਿੱਚ ਵਿਚਰੇਗਾ ਔਰ ਨਿਵਾਜ ਗੁਜਾਰੇਗਾ ਬ੍ਰਿੰਦ ਤੇ ਗ੍ਰਾਮ ਕੇ ਨਰ ਸਮੁਦਾਏ ਔਰ ਪਿੰਡਾਂ ਤੇ ਸ਼ਹਿਰਾਂ ਦੇ ਜਿੰਨੇ ਵੀ ਮਾਈ ਭਾਈ ਹਨ ਸਾਹੋ ਬੀ ਲੋਕਨ ਕੇ ਹਿਤ ਆਏ ਬਾਦਸ਼ਾਹ ਨੂੰ ਵੇਖਣ ਵਾਸਤੇ ਹੁੰਦੀ ਆ ਨਾ ਚੇਸਤਾ ਲੋਕਾਂ ਦੇ ਮਨਾਂ ਵਿੱਚ ਕਿ ਬਾਦਸ਼ਾਹ ਨੂੰ ਵੇਖਿਆ ਜਾਵੇ ਆਖਿਰ ਕੌਣ ਹੈ ਸਾਡਾ ਹਾਕਮ ਸਾਡੇ ਤੇ ਹਕੂਮਤ ਕਰਨ ਵਾਲਾ ਮਹਾਰਾਜ ਸਾਰੇ ਲੋਕ ਇਕੱਤਰਤ ਹੋਏ। ਤਾਂ ਸੁਣ ਕੈ ਸੰਗਤ ਕਹਿ ਬਾਤ। ਉਹ ਫੇਰ ਸੁਣਿਆ ਸੰਗਤ ਨੇ ਤੇ ਸੰਗਤ ਨੇ ਇਹ ਬਚਨ ਫਰਮਾਇਆ। ਨਿਕ ਸੈ ਸਾਹ ਨਿਹਾਰੋ ਪ੍ਰਤ। ਕਿਹਾ ਵੀ ਅਸੀਂ ਵੇਖੀਏ ਆਖਰ ਜਿਹੜਾ ਗੁਰੂ ਨਾਨਕ ਦੇ ਘਰ ਦਾ ਦੁੱਖੀ ਬਣ ਚੁੱਕਿਆ ਹੋਇਆ ਤੇ ਹਿੰਦੁਸਤਾਨ ਦਾ ਵੱਡਾ ਬਾਦਸ਼ਾਹ ਹੈ ਪੂਰੀ ਦੁਨੀਆ ਪਰੋਨਾ ਦਾ ਰਾਜ ਹੈ ਕਰੀਬਨ ਮੰਗੋਲਾਂ ਦਾ ਇਹ ਚੰਗੇਜ਼ ਖਾਨ ਤੋਂ ਹਲਾਕੂ ਤੋਂ ਸ਼ੁਰੂ ਹੋ ਕੇ ਜੀ ਨੂੰ ਅੱdte ਯੂਰਪ ਨੂੰ ਫਤਿਹ ਕਰਕੇ ਜਾਪਾਨ ਇਤਿਆਦਿਕ ਨੂੰ ਜਿੱਤ ਕੇ ਇਥੇ ਏਸ਼ੀਆ ਵਿੱਚ ਆ ਗਏ ਨੇ ਇਥੇ ਵੀ ਆਪਣਾ ਰਾਜ ਕਾਇਮ ਕਰ ਲਿਆ ਵੀ ਆਖਰ ਵੇਖਣਾ ਚਾਹੀਦਾ ਕਿ ਜਿੰਨਾ ਅਕੇ ਸਾਰੀ ਦੁਨੀਆ ਝੁਕਦੀ ਹੈ ਤੇ ਜੋ ਦੋ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਹਾਰੇ ਨੇ ਆਖਰ ਉਹਦਾ ਮੂੰਹ ਵੀ ਦੇਖ ਲੈਣਾ ਚਾਹੀਦਾ ਏ ਮਹਾਰਾਜ ਸੰਗਤ ਨੇ ਮਨ ਵਿੱਚ ਇੱਛਾ ਕੀਤੀ ਫੁਰਮਹਿ ਬਸ ਕਰਨੀ ਸਾਬਿਤਾਈ ਤੇ ਫਿਰ ਮਹਾਰਾਜ ਅਸੀਂ ਸ਼ਹਿਰ ਵਿੱਚ ਰਹਿ ਕੇ ਬਤੀਤ ਕੀਤੀ ਇੱਕ ਰਾਤ ਕੇ ਚਲੋ ਕੱਲ ਦਾ ਦਿਨ ਵੀ ਰੁਕ ਜਾਂਦੇ ਆਂ ਵੇਖ ਲੈਨੇ ਆ ਬਾਦਸ਼ਾਹ ਨੂੰ ਕਿੱਸਾ ਹੈ ਜਾ ਕੇ ਸਕਲਪੁਰ ਹੋਏ ਆਈ ਤੇ ਸਵੇਰ ਹੋਈ ਸਾਰੀ ਸੰਗਤ ਆਪਣੇ ਨੇਮ ਦੇ ਹਿਸਾਬ ਦੇ ਨਾਲ ਜਾਗੀ ਸਮਾਪਯੋ ਨਿਕਸਨ ਕੋਸ ਤੇ ਇੰਨੇ ਸਮੇਂ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਿਕਲਣ ਦਾ ਸਮਾਂ ਹੋਇਆ ਲੋਕ ਹਜ਼ਾਰ ਮਿਲੇ 우ਮਾਹੂ ਤੇ ਹਜ਼ਾਰਾਂ ਹੀ ਲੋਕ ਉਤਸ਼ਾਹ ਦੇ ਸਮੇਤ ਰਸਤਿਆਂ ਦੇ ਵਿੱਚ ਉਹਨੂੰ ਮਿਲਣ ਦੇ ਵੇਖਣ ਦੇ ਵਾਸਤੇ ਉਤਾਵਲੇ ਸਨ ਸੁੰਦਰ ਤੁੰਗ ਮਤੰਗ ਦੀ ਸੰਗਾਰੇ ਕੀ ਦੇਖਿਆ ਕਿ ਬਹੁਤ ਵੱਡੇ ਵੱਡੇ ਹਾਥੀ ਚੰਗੀਆਂ ਸੋਹਣੀਆਂ ਨਸਲਾਂ ਜਾਤਾਂ ਦੇ ਸਿਖਾਏ ਹੋਏ ਹੋਏ ਔਰ ਉਹ ਵੱਡੀ ਗਿਣਤੀ ਵਿੱਚ ਹਾਥੀ ਹਨ ਕੰਚਨ ਜਰਤ ਸ਼੍ਰਿੰਖਲਾ ਡਾਰੇ ਉਹ ਬਾਦਸ਼ਾਹ ਦਾ ਹਾਥੀ ਜਿਹਦੇ ਗਲ ਵਿੱਚ ਸੰਗਲ ਵੀ ਸੋਨੇ ਦੇ ਨਾਲ ਜੜਤ ਕਰਕੇ ਪਾਏ ਹੋਏ ਹਨ ਇਹੋ ਤੇ ਬਾਦਸ਼ਾਹੀ ਆ ਨਾ ਫਿਰ ਝਲਰ ਜਰੀ ਝੂਲ ਚਮਕੰਤ ਉਸ ਹਾਥੀ ਦੇ ਜਿਹੜੀਆਂ ਜ਼ਰੀਆਂ ਜਿਹੜੀਆਂ ਝਲਰਾਂ ਉਹ ਲਟਕ ਰਹੀਆਂ ਨੇ ਉਹ ਵੀ ਜ਼ਰੀ ਦੀਆਂ ਹਨ ਸੋਨੇ ਦੀਆਂ ਹਨ ਤੇ ਬੜੀਆਂ ਚਮਕਦੀਆਂ ਨੇ ਝੂਲਦੀਆਂ ਨੇ ਜਿਵੇਂ ਜਿਵੇਂ ਹਾਥੀ ਝੂਲਦਾ ਹੋਤ ਅੰਬਾਰੀ ਦੇ ਮਕੰਤੇ ਔਰ ਅੰਬਾਰੀ ਪਈ ਹੋਈ ਹੁੰਦਾ ਉਹ ਵੀ ਬੜਾ ਆਪਣੇ ਆਪ ਦੇ ਵਿੱਚ ਇੱਕ ਅਭਾ ਕਰ ਰਿਹਾ ਹੈ ਦਮਕ ਹੈ ਉਹਦੀ ਬੜੀ ਸੁੰਦਰ ਗੱਜਗਾ ਹੈ ਨ ਜਨਕੇ ਲਟਕੰਤੀ ਉਸ ਹਾਥੀ ਦੇ ਸਿਰ ਉੱਪਰ ਸਜਣ ਵਾਲਾ ਇੱਕ ਵਿਸ਼ੇਸ਼ਤਾ ਹੁੰਦਾ ਹੈ ਸੂਰਮਿਆਂ ਦੇ ਸਿਰ ਉੱਪਰ ਸਜਣ ਵਾਲੇ ਸਿਰਤਾਜ ਨੂੰ ਵੀ ਗੱਜਗਾ ਹਨ ਤੇ ਹਾਥੀ ਤੇ ਘੋੜੇ ਦੇ ਸਿਰ ਉੱਪਰ ਸਜਣ ਵਾਲੇ ਨੂੰ ਵੀ ਗੱਜ਼ਗਾਨ ਕਹਿ ਦਿੰਦੇ ਨੇ ਉਹਦੇ ਵਿੱਚ ਜ਼ਿਗਾ ਹੁੰਦੀ ਹੈ ਨਾ ਜਿਹਦੇ ਉੱਪਰ ਕਲਗੀ ਸਜਦੀ ਕਲਗੀ ਤੇ ਜ਼ਿਗਾ ਵਿੱਚ ਸੋ ਫਾਸਲਾ ਹੁੰਦਾ ਹੈ ਫਰਕ ਹੁੰਦਾ ਹੈ ਜਿਵੇਂ ਗੁਰਦਸਵੇਂ ਪਾਸ਼ਾ ਮਹਾਰਾਜ ਗਰੀਬ ਨਵਾਜੀ ਦੀ ਕਲਗੀ ਦਾ ਦੀਦਾਰ ਆਪ ਜੀ ਸਾਹਮਣੇ ਪਾ ਰਹੇ ਇੱਕ ਤੇ ਉਹ ਕਲਗੀ ਹੈ ਨਾ ਜਿਹੜੀ ਉੱਪਰ ਤੁਹਾਨੂੰ ਲਾਲ ਰੰਗ ਦੀ ਦਿਖਾਈ ਦੇ ਰਹੀ ਹੈ ਨਾਲ ਚਟੇ ਰੰਗ ਦੀ ਉਹ ਤੇ ਹੋਗੀ ਕਲਗੀ ਤੇ ਜਿਹਦੇ ਬੇਸ ਉੱਪਰ ਉਹ ਕਲਗੀ ਸੁਭਾਏਮਾਨ ਹੈ ਉਹਨੂੰ ਜ਼ਿਗਾ ਕਹਿੰਦੇ ਆ ਤੋ ਇਸ ਤਰ੍ਹਾਂ ਉਹ ਜ਼ਗਾ ਹੁੰਦੀ ਆ ਜੋ ਰਾਜੇ ਮਹਾਰਾਜੇ ਜਾਂ ਸੂਰਮੇ ਆਪਣੇ ਸਰੀਰ ਤੇ ਸਜਾਇਆ ਕਰਦੇ ਤੇ ਬਾਦਸ਼ਾਹ ਲੋਕ ਆਪਣੇ ਜੋ ਅਸਵਾਰੀ ਦੇ ਸਾਧਨ ਹੁੰਦੇ ਹਾਥੀ ਇਤਿਆਦਿਕ ਉਹਨਾਂ ਪਰ ਵੀ ਸਜਾਇਆ ਕਰਦੇ ਤੇ ਕਿਆ ਮਹਾਰਾਜ ਉਹਦਾ ਹਾਥੀ ਬੜਾ ਸੁੰਦਰ ਸੀ ਅਖੇ ਸ਼ਰਾਬ ਪੁਲਾਈ ਸੀ ਬੜੀ ਮਸਤੀ ਵਿੱਚ ਮਸਤ ਸੀ ਔਰ ਇਸ ਪ੍ਰਕਾਰ ਪਈ ਹੋਈ ਅੰਬਾਰੀ ਤੇ ਲੜਕਦੀਆਂ ਹੋਈਆਂ ਝਲਰਾਂ ਤੇ ਗੱਜ਼ਗਾਹਨ ਉਹਦਾ ਜਿਹੜਾ ਸਰੀਰ ਤੇ ਸਜਾਉਣ ਵਾਲਾ ਸੋ ਇੱਕ ਗਹਿਣਾ ਸੀ ਉਹ ਵੀ ਬੜੀਆਂ ਦਮਕਾਂ ਮਾਰਦਾ ਸੀਗਾ ਰਸਮ ਕੀ ਡਰੈ ਦੁਤਵੰਤੀ ਔਰ ਰੇਸ਼ਮ ਦੀਆਂ ਡੋਰੀਆਂ ਲਟਕਦੀਆਂ ਬੜੀਆਂ ਸੁੰਦਰ ਸਨ ਕਿਸੇ ਨੇ ਹੱਥਾਂ ਨਾਲ ਗੁੰਦੀਆਂ ਸਨ ਇਨਤੀ ਕੁਛ ਨੱਚਮੂ ਕੀ ਆਈ ਮਹਾਰਾਜ ਰਹੀ ਗੱਲ ਫੌਜ ਦੀ ਉਹ ਤਾਂ ਮਹਾਰਾਜ ਗਿਣਤੀ ਨਹੀਂ ਸੀ ਪੈਂਦੀ ਐਦਾਂ ਲੱਗਦਾ ਸੀਗਾ ਕਿ ਜਿਵੇਂ ਕੋਈ ਆਦਮੀ ਸਮੁੰਦਰ ਦੇ ਅੱਧ ਵਿਚਾਲੇ ਹੋਵੇ ਖੱਬੇ ਸੱਜੇ ਅੱਗੇ ਪਿੱਛੇ ਸਭ ਪਾਸੇ ਪਾਣੀ ਪਾਣੀ ਦਿਖਦਾ ਨਾ ਬੱਸ ਇਸ ਤਰ੍ਹਾਂ ਫੌਜ ਹੀ ਫੌਜ ਦੇਖਦੀ ਸੀ ਹੋਰ ਤੇ ਕੁਝ ਦਿਖਿਆ ਹੀ ਨਹੀਂ ਉੱਥੇ ਜੀਨ ਅਨੇਕ ਭਾਂਤਕ ਸੋ ਹੈ ਔਰ ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੀਆਂ ਜੀਨਾ ਕਾਠੀਆਂ ਪਈਆਂ ਹੋਈਆਂ ਸ਼ੋਭਦੀਆਂ ਰਤਨ ਖਚਤ ਦਮ ਕਤ ਮਨ ਮੋਹ ਹੈ ਉਹ ਕਾਠੀਆਂ ਜਿਹੜੀਆਂ ਸਨ ਸੋਨੇ ਦੀਆਂ ਸਨ ਔਰ ਰਤਨਾਂ ਦੀ ਉਹਦੇ ਵਿੱਚ ਜੜਤਕਾਰੀ ਕੀਤੀ ਜਿੰਨੂੰ ਵੇਖ ਕੇ ਮਨ ਲੱਟੂ ਹੋ ਜਾਂਦਾ ਸੀ ਚਾਮੀ ਕਰਕੇ ਚਮਕਤ ਚਾਰੂ ਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਿਰ ਉੱਪਰ ਜਿਹੜਾ ਚੌਰ ਹੁੰਦਾ ਸੀ ਉਹ ਚੌਰ ਕੋਈ ਸਧਾਰਨ ਨਹੀਂ ਬਲਕਿ ਚਾਮੀ ਕਰ ਉਹ ਸੁਇਨੇ ਦਾ ਸੀਗਾ ਬਲੀ ਚਪਲ ਤਨ ਪੀਣ ਉਦਾਰੂ ਔਰ ਬੜੇ ਬਲ ਵਾਲੇ ਸੁੰਦਰ ਸੋਹਣੇ ਉਹਦੇ ਅਸਵਾਰ ਹੋਣ ਦੇ ਵਾਸਤੇ ਇਸ ਤਰ੍ਹਾਂ ਦੇ ਸਾਧਨ ਸਨ ਥਈ ਥਈ ਕਰਨਚ ਥਲ ਚਾਲਤ ਔਰ ਕਹਿੰਦੇ ਇਸ ਪ੍ਰਕਾਰ ਥਾਵਾਂ ਥਾਵਾਂ ਤੇ ਚੱਲਣ ਵਾਲੇ ਜਿਹੜੇ ਘੋੜੇ ਸਨ ਉਹਦੀ ਵਿਸ਼ੇਸ਼ ਅਸਵਾਰੀ ਤੋਂ ਇਸ ਪ੍ਰਕਾਰ ਐਸੀ ਉਹਨਾਂ ਦੀ ਗਿਣਤੀ ਮਿੰਤੀ ਉਹ ਜਦੋਂ ਚੱਲਦੇ ਸਨ ਚੱਲਦੇ ਨਾ ਹੋ ਕੇ ਸਮਝ ਲਓ ਨੱਚਦੇ ਸਨ ਅਜਕ ਉਤਾਇਲ ਲੇ ਪਗ ਡਾਲਤ ਕਹਿੰਦੇ ਇਸ ਤਰ੍ਹਾਂ ਬੜੀ ਉਤਾਇਲ ਬੜੀ ਕਾਲੀ ਦੇ ਨਾਲ ਧਰਤੀ ਤੇ ਪੈਰ ਰੱਖਦੇ ਸਨ ਹੋ ਨਿਕ ਸਿਓ ਸਹੋ ਜਹਾਂ ਤਬ ਬਾਹਰ ਕਹਿੰਦੇ ਇਸ ਤਰ੍ਹਾਂ ਦੇਖਦਿਆਂ ਹੋਇਆਂ ਇੰਨੇ ਲਾਹੂ ਲਸ਼ਕਰ ਤੇ ਠਾਠ ਬਾਠ ਦੇ ਸਹਿਤ ਹਿੰਦੁਸਤਾਨ ਦਾ ਬਾਦਸ਼ਾਹ ਕਿਲੇ ਵਿੱਚੋਂ ਬਾਹਰ ਆਇਆ ਸਭਨ ਬਿਲੋਕਿਓ ਮਗ ਮਹਜਾਹਰ ਸਾਰਿਆਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਸ਼ੇਰਵਾਨੀ ਪਾਈ ਹੋਈ ਗੱਲ ਵਿੱਚ ਉਹਨੇ ਸਿਰੋਪਾਇਆ ਪਾਇਆ ਹੋਇਆ ਔਰ ਬੜੀ ਉਦੀਆਬਾ ਮੱਥੇ ਤੇ ਸਿਰਤਾਜ ਹੈ ਔਰ ਮਰਜੀ ਬੜੇ ਬਹਾਦਰ ਜੋਧੇ ਜਿਨ੍ਹਾਂ ਦੇ ਹੱਥਾਂ ਵਿੱਚ ਸ਼ਸਤਰ ਬਸਤਰ ਨੇ ਔਰ ਬੜੀ ਬਾਜ਼ਵਰਗੀ ਜਿਨ੍ਹਾਂ ਦੀ ਨਜ਼ਰ ਹੈ ਇਧਰ ਉਧਰ ਝਾਕਦੇ ਤੱਕਦੇ ਐਸੇ ਆਬਾ ਤੇ ਸ਼ੋਭਾ ਦੇ ਨਾਲ ਉਹ ਜਦੋਂ ਬਾਹਰ ਨਿਕਲਿਆ ਤੇ ਮਹਾਰਾਜ ਸਾਰੀ ਦੁਨੀਆ ਨੇ ਦੇਖਿਆ ਤੇ ਅਸੀਂ ਵੀ ਦੇਖ ਲਿਆ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਦੁਏ ਤੁਰੰਗ ਚਲਤ ਪੇ ਆਗੇ ਅਸੀਂ ਕੀ ਦੇਖਿਆ ਕਿ ਉਸ ਦੇ ਹਾਥੀ ਦੇ ਅੱਗੇ ਦੋ ਘੋੜੇ ਚੱਲਦੇ ਸਨ ਜਿਨ ਕੇ ਸਾਥ ਮਹਾ ਅਨੁਰਾਗ ਸੀ ਜਿੰਨਾ ਘੋੜਿਆਂ ਦੇ ਨਾਲ ਬਾਦਸ਼ਾਹ ਦਾ ਬਹੁਤ ਵੱਡਾ ਪ੍ਰੇਮ ਸੀ ਮਹਾਨ ਅਨਰਾਗ ਸੀ ਬਹੁਤੀ ਮੁਹੱਬਤ ਸੀ ਨੇ ਜ ਆਖਨ ਕੇ ਆਗੇ ਰੱਖਿਆ ਹੈ ਤੇ ਆਪਣੇ ਅੱਖਾਂ ਦੇ ਅੱਗੇ ਰੱਖਦਾ ਸੀ ਸ਼ਾਇਦ ਵੇਖ ਵੇਖ ਕੇ ਜਿੰਦਾ ਸੀ ਉਹਨਾਂ ਘੋੜਿਆਂ ਨੂੰ ਜਿਨ ਕੇ ਸਾਥ ਮਹਾ ਅਨੁਰਾਗੇ ਔਰ ਕਹਿੰਦੇ ਨੇ ਐਸੀ ਉਹਨਾਂ ਦੀ ਸ਼ੋਭਾ ਸੀ ਕਿ ਰਸਤੇ ਵਿੱਚ ਜਾਂਦਿਆਂ ਹੋਇਆਂ ਵੇਖਣ ਨੂੰ ਮਨ ਵਿੱਚ ਇੱਛਾ ਉਤਪੰਨ ਹੁੰਦੀ ਮਗ ਮ ਵਿਛਰਨ ਨਹ ਅਬ ਲਖ ਤੇ ਜੇ ਬਾਦਸ਼ਾਹ ਕਿਤੇ ਚੜਦਾ ਵੀ ਸ਼ੋਭਾ ਦੇ ਵਾਸਤੇ ਸ਼ਿਕਾਰ ਦੇ ਵਾਸਤੇ ਮੈਦਾਨੇ ਜੰਗ ਦੇ ਵਾਸਤੇ ਜਾਂ ਕਿਸੇ ਹੋਰ ਕਾਰਜ ਵਾਸਤੇ ਬਾਵਜੂਦ ਉਹਦੇ ਆਪਣੇ ਨੇਤਰਾਂ ਦੇ ਸਾਹਮਣੇ ਰੱਖਦਾ ਸੀ ਔਰ ਰਸਤੇ ਵਿੱਚ ਨਾ ਲੈ ਕੇ ਚੱਲਦਾ ਸੀਗਾ ਤਾਂ ਲੋਕ ਹਮ ਪੁੱਛੇ ਜਬੈ ਕਹਿੰਦੇ ਜਦੋਂ ਅਸੀਂ ਉੱਥੋਂ ਦੇ ਲੋਕਾਂ ਨੂੰ ਪੁੱਛਿਆ ਭਾਖੇ ਗੁਣ ਅਰ ਕੀਮਤ ਸਭ ਉਸ ਵੇਲੇ ਲੋਕਾਂ ਨੇ ਉਹਨਾਂ ਘੋੜਿਆਂ ਦੇ ਗੁਣ ਅਤੇ ਕੀਮਤ ਅ ਸਾਢੇ ਤਾਈਂ ਦੱਸੇ ਮਨਹ ਕਾਮ ਕਾਰੀਗਰ ਹੋਏ ਤੇ ਮਹਾਰਾਜ ਉਹ ਘੋੜੇ ਇੰਨੇ ਸੁੰਦਰ ਸਨ ਜਿਹੜੇ ਆਪ ਜੀ ਦੇ ਵਾਸਤੇ ਕਰੋੜੀਮਲ ਨਾਮ ਦੇ ਸਿੱਖ ਨੇ ਬਸ਼ੇਰੇ ਪਾਲ ਕੇ ਤਿਆਰ ਕੀਤੇ ਸਨ ਚੰਗੀ نسل ਦੇ ਦਰਿਆਈ ਘੋੜੇ ਗਰੀਬ ਨਿਵਾਜ ਮਹਾਰਾਜ ਉਹ ਇੰਨੇ ਸੁੰਦਰ ਸਨ ਕਿ ਐਦਾਂ ਲੱਗਦਾ ਸੀਗਾ ਕਿ ਜਿਵੇਂ ਕਾਮ ਦੇਵਤਾ ਜੋ ਹਿੰਦੁਸਤਾਨ ਦੇ ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਸਭ ਤੋਂ ਸੁੰਦਰ ਕਾਮ ਦੇਵਤੇ ਨੂੰ ਮੰਨਦੇ ਸ੍ਰੀ ਗੁਰਦਸਵੇਂ ਪਾਸ਼ਾ ਮਹਾਰਾਜ ਜੀ ਨੇ ਤੇ ਬਹੁਤ ਸਾਰੀਆਂ ਉਦਾਹਰਨਾਂ ਸ੍ਰੀ ਦਸਮਹਾਰਾਜ ਜੀ ਦੀ ਬਾਣੀ ਵਿੱਚ ਦਿੱਤੀਆਂ ਹਨ ਖਾਸ ਕਰਕੇ ਕ੍ਰਿਸ਼ਨ ਆਵਤਾਰ ਵਿੱਚ ਉੱਥੇ ਤਾਂ ਦਿੱਤੀਆਂ ਹਨ ਗੁਰਬਾਣੀ ਵਿੱਚ ਵੀ ਇੱਕ ਤੋਕ ਆਉਂਦੀ ਉਹਦੇ ਅਰਥ ਜ਼ਰੂਰ ਪੜਨੇ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਨ ਭਣੈ ਭਜ ਪਰਮਾਨੰਦ ਇਹਦੇ ਅਰਥ ਪੜਨੇ ਫਿਰ ਪਤਾ ਲੱਗੇਗਾ ਰੋਜ਼ ਅਸੀਂ ਇਹ ਸ਼ਬਦ ਆਰਤੀ ਵਿੱਚ ਮਹਾਰਾਧਾਰਤਾ ਉਤਾਰਦੇ ਹਾਂ ਗੁਰਬਾਣੀ ਸੁਣਦੇ ਹਾਂ ਪੜ੍ਹਦੇ ਹਾਂ ਵਿਚਾਰਦੇ ਹਾਂ ਸਰਵਨ ਕਰਦੇ ਆ ਭਗਤ ਸੈਣ ਜੀ ਸਾਹਿਬ ਜੀ ਦੀ ਬਾਣੀ ਤਾਂ ਇਸੇ ਪ੍ਰਕਾਰ ਮਹਾਰਾਜ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਵੇਂ ਕਾਮਦੇਵ ਆਪ ਕਾਰੀਗਰ ਬਣ ਕੇ ਤੇ ਉਹਨਾਂ ਘੋੜਿਆਂ ਨੂੰ ਤਿਆਰ ਕੀਤਾ ਹੋਵੇ ਘਰੀ ਸੂਰਤ ਸੁੰਦਰ ਦੋਏ ਉਹਨਾਂ ਘੋੜਿਆਂ ਦੀ ਮੂਰਤ ਇਤਨੀ ਸੁੰਦਰ ਸੀ ਮਨ ਨੂੰ ਮੋਹਦੀ ਸੀ ਮਹਾਰਾਜ ਘਰੀ ਮਤ ਮੈਂ ਤਬ ਇਮ ਆਵੇ ਮਹਾਰਾਜ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਉਹ ਘੋੜੇ ਦੇਖ ਕੇ ਵਖੇ ਇੰਦਰ ਤੋਂ ਚਿਤ ਬਿਰਮਾਵੇ ਮਹਾਰਾਜ ਹਿੰਦੁਸਤਾਨ ਦੇ ਬਾਦਸ਼ਾਹ ਨੇ ਲੋਭੀ ਲਾਲਚੀ ਤੇ ਹਾਲਸੀ ਨੇ ਤੇ ਬੇਈਮਾਨ ਹੋਣਾ ਹੀ ਸੀਗਾ ਜੇ ਕਿਤੇ ਉਹਨਾਂ ਘੋੜਿਆਂ ਨੂੰ ਇੰਦਰ ਵੀ ਦੇਖ ਲੈਂਦਾ ਤੇ ਬੇਈਮਾਨ ਹੋ ਜਾਂਦਾ ਦੇਵਤਿਆਂ ਵਿੱਚ ਵੀ ਕਲੇਸ਼ ਹੋ ਜਾਂਦਾ ਤਿਰਕੇ ਗੁਣ ਕਿਛ ਗਿਨੇ ਨਾ ਜਾਈਂ ਔਰ ਜਿੰਨਾਂ ਘੋੜਿਆਂ ਦੇ ਗੁਣ ਕੋਈ ਗਿਣੇ ਨਹੀਂ ਜਾ ਸਕਦੇ ਹਨ ਗੁਣਕਹਿਤ ਨਰ ਹੈ ਦਰਿਆਈ ਤੇ ਲੋਕ ਇਹ ਕਹਿੰਦੇ ਨੇ ਕਿ ਉਹ ਦਰਿਆਈ ਘੋੜੇ ਹਨ ਹੁਨੇ ਕਹਤ ਨਰ ਇਹ ਦਰੀ ਆਈ ਮਹਾਰਾਜ ਲੋਕ ਕਹਿੰਦੇ ਨੇ ਕਿ ਉਹ ਦਰਿਆਈ ਘੋੜੇ ਹਨ ਜ਼ਮੀਨ ਉੱਪਰ ਤਾਂ ਚੱਲਦੇ ਹਨ ਉਹ ਪਾਣੀ ਉੱਪਰ ਵੀ ਤੈਰਦੇ ਹਨ ਇੱਕ ਗੁਲਬਾਗ ਦੂਤੀਏ ਦਿਲਬਾਗ ਇੱਕ ਤਾਂ ਨਾਂ ਗੁਲਬਾਗ ਹੈ ਦੂਸਰੇ ਦਾ ਨਾਂ ਦਿਲਬਾਗ ਹੈ ਜੋ ਸਿੱਖ ਨੇ ਬੜੇ ਪ੍ਰੇਮ ਦੇਸ ਆ ਤੇ ਨਾਮ ਧਰਿਆ ਸੀ ਘੋੜਿਆਂ ਦਾ ਸੁਨੇ ਨਾਮ ਉਪਜੈ ਅਨੁਰਾਗ ਜਿਨ੍ਹਾਂ ਦਾ ਨਾਮ ਸੁਣ ਕੇ ਹੀ ਮਨ ਵਿੱਚ ਪ੍ਰੀਤੀ ਉਤਪੰਨ ਹੋ ਜਾਂਦੀ ਹੈ ਭਰੇ ਨਦੀ ਨਦ ਹੋਵਤਿ ਪਰ ਔਰ ਇਹ ਐਸੇ ਘੋੜੇ ਹਨ ਕਿ ਜੇ ਕੋਈ اٹਕ ਦਰਿਆ ਨੂੰ ਵੀ ਪਾਰ ਕਰਨਾ ਹੋਵੇ ਜੋ ਹਰੇਕ ਨੂੰ ਅਟਕਾ ਲੈਂਦਾ ਪਾਣੀ ਦੇ ਨਾਲ ਭਰਿਆ ਹੋਣ ਦੇ ਬਾਵਜੂਦ ਵੀ ਉਨੂੰ ਵੀ ਪਾਰ ਕਰ ਦਿੰਦੇ ਹਨ ਨਹਿ ਵੀ ਗਨ ਤੇ ਜਲ ਅਸਵਾਰ ਔਰ ਅਸਵਾਰ ਨੂੰ ਭਿੱਜਣ ਨਹੀਂ ਦਿੰਦੇ ਪਾਣੀ ਦੀ ਬੂੰਦ ਵੀ ਉਹਦੇ ਪਰ ਨਹੀਂ ਪੈਣ ਦਿੰਦੇ ਹਨ ਐਸੇ ਇਹ ਚੁਸਤ ਚਲਾਕ ਔਰ ਤਰਬੀਅਤ ਦੇ ਮਾਲਕ ਹਨ ਖਿਤ ਪਰ ਚਨਨ ਰਖੈ ਕੈ ਨਹੀਂ ਔਰ ਜਦੋਂ ਮਹਾਰਾਜ ਉਹ ਘੋੜੇ ਜ਼ਮੀਨ ਉੱਪਰ ਚੱਲਦੇ ਨੇ ਤੇ ਇਸ ਤਰ੍ਹਾਂ ਲੱਗਦਾ ਕਿ ਖੁਰੇ ਇਹ ਜ਼ਮੀਨ ਉੱਪਰ ਪੈਰ ਧਰਦੇ ਵੀ ਹਨ ਕਿ ਨਹੀਂ ਧਰਦੇ ਹਨ ਖਰੇ ਉੱਡਦੇ ਜਾਂਦੇ ਹਨ ਇਹ ਮਖੇ ਨ ਪਰਹ ਚਲ ਤਮਗ ਮਾਹੀ ਔਰ ਇਸ ਤਰ੍ਹਾਂ ਲੱਗਦਾ ਜਿਵੇਂ ਉੱਡਦੇ ਹੁਣ ਜ਼ਮੀਨ ਨੂੰ ਨਾ ਛੂ ਕੇ ਅਸਮਾਨ ਨੂੰ ਛੁੰਦੇ ਹੋਣ ਇਹ ਕਣੀ ਅਰਜਾ ਹਮ ਹੋ ਬਿਤਾਈ ਇਹ ਵਖਤ ਮਲ ਤੇ ਧਾਰਾ ਚੰਦੇ ਦੋਨੇ ਸਿੱਖ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਸਤਿਗੁਰੂ ਅਸੀਂ ਤੁਰਕਾਨ ਦੇਸ਼ ਵਿੱਚ ਰਹਿੰਦੇ ਹਾਂ ਗਰੀਬ ਨਿਵਾਜ਼ ਮਹਾਰਾਜ ਅਫਗਾਨਾਂ ਦੇ ਪਾਸ ਪਠਾਨਾਂ ਦੇ ਪਾਸ ਜਿਹੜੇ ਹੁਣ ਦੇਸ਼ ਮਲੱਕ ਕੇ ਬੈਠੇ ਹੋਏ ਨੇ ਮਹਾਰਾਜ ਬੜੇ-ਬੜੇ ਘੋੜੇ ਨਿਤ ਨਵੇਂ ਅਸੀਂ ਦੇਖਦੇ ਆਂ, ਵੇਚਦੇ ਆਂ, ਖਰੀਦਦੇ ਆਂ, ਖੁਦ ਵੀ ਅਸੀਂ ਘੋੜਿਆਂ ਤੇ ਆਏ ਆਂ। ਪਰ ਬਾਵਜੂਦ ਇਹਦੇ ਅਸੀਂ ਐਸਾ ਘੋੜਾ ਕਦੀ ਨਿਤਰਾਂ ਦੇ ਨਾਲ ਨਹੀਂ ਤੱਕਿਆ ਹੈ। ਅਸ ਅਸ ਪਿਖੇ ਨਹੀਂ ਕਿਸ ਥਾਂ। ਮਹਾਰਾਜ ਕਿਸੇ ਵੀ ਥਾਂ ਦੇ ਤੱਕੇ ਨਹੀਂ। ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਅਸਮਾਨ ਵਿੱਚੋਂ ਉਤਰੇ ਹੋਣ। ਪਿਕ ਸੰਗਤ ਆਨੰਦਤ ਹੋਈ ਗਰੀਬ ਨਿਵਾਜ ਮਹਾਰਾਜ ਉਹਨਾਂ ਘੋੜਿਆਂ ਨੂੰ ਦੇਖ ਕੇ ਜੋ ਆਪਜੀ ਦੇ ਵਾਸਤੇ ਤਿਆਰ ਕੀਤੇ ਸਨ ਗਰੀਬ ਸਿਦਕੀ ਸਿੱਖ ਨੇ ਉਹਨਾਂ ਨੂੰ ਦੇਖ ਕੇ ਸੰਗਤ ਵੀ ਪ੍ਰਸੰਨ ਹੋ ਗਈ ਕਹੋ ਗੁਰੂ ਟਿਗ ਚਹੀਅਤ ਦੋ ਤੇ ਸੰਗਤ ਨੇ ਇਹ ਜਾਣਿਆ ਕਿ ਇਹ ਘੋੜੇ ਜਿਹੜੇ ਹਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਨ ਤੋਂ ਮਹਾਰਾਜ ਜੀ ਦੇ ਪਾਸ ਹੀ ਚਾਹੀਦੇ ਹਨ ਇਹਦੇ ਉੱਪਰ ਕੋਈ ਪਾਪੀ ਹਿਰਦਾ ਨਾ ਸਵਾਰ ਹੋਵੇ ਜਿੰਦ ਕੇ ਚਿਤ ਮੈ ਸੋਕ ਵਿਸਾਲਾ ਮਹਾਰਾਜ ਜਿੰਨਾ ਗੁਰਸਿੱਖਾਂ ਦੇ ਹਿਰਦੇ ਵਿੱਚ ਵੱਡਾ ਭਾਰੀ ਸ਼ੌਂਕ ਉਤਸ਼ਾਹ ਹੈ ਚੜਹ ਕਰਹਿ ਰਨ ਰਿਪਣ ਕਰਾਲਾ ਔਰ ਗਰੀਬ ਨਿਵਾਜ ਮਹਾਰਾਜ ਤੁਹਾਡੇ ਪ੍ਰਤੀ ਮਨ ਵਿੱਚ ਇਹ ਭਾਵਨਾ ਹੈ ਕਿ ਸਤਗੁਰੂ ਜੀ ਮਹਾਰਾਜ ਮੈਦਾਨੇ ਜੰਗ ਵਿੱਚ ਚੜਦੇ ਨੇ ਖੁਦ ਜੂਝਦੇ ਨੇ ਔਰ ਇਸੇ ਬਰਕਾਰ ਘੋੜਿਆਂ ਦੇ ਉੱਪਰ ਸਵਾਰੀ ਦਾ ਸ਼ੌਂਕ ਰੱਖਦੇ ਨੇ ਤੇ ਵਧੀਆ ਤੋਂ ਵਧੀਆ ਘੋੜਿਆਂ ਦੇ ਉੱਪਰ ਸਵਾਰ ਹੁੰਦੇ ਹਨ ਇਹ ਕਿੰਨੇ ਸਮੇਂ ਤੋਂ तकरीबन ਕੁਝ ਮਿੰਟਾਂ ਤੋਂ ਘੋੜੀਆਂ ਦੀ ਤਾਰੀਫ ਹੀ ਆਪਾਂ ਸਰਵਣ ਕਰ ਰਹੇ ਆ ਜੋ ਸਧਾਰਨ ਮਿਰਤੀ ਵਾਲਾ ਬੰਦਾ ਸੋਚੇਗਾ ਕਿ ਖੁਰੇ ਇੰਨੀ ਵਡਿਆਈ ਘੋੜਿਆਂ ਦੀ ਔਰ ਕਿਉਂ ਕੁਝ ਐਸੇ ਕੰਮ ਨੇ ਜਿਨ੍ਹਾਂ ਨੂੰ ਕਰਦਿਆਂ ਹੋਇਆਂ ਮਨੁੱਖ ਗ੍ਰੰਥਾਂ 'ਚ ਲਿਖਿਆ ਹੈ ਕਿ ਕਮਲਾ ਲੱਗਦਾ ਹੈ ਇੱਕ ਤੇ ਬੰਦਾ ਬੱਚੇ ਨੂੰ ਖੜਾਉਂਦਾ ਸਾਡੇ ਉਸਤਾਦ ਮਹਾਂਪੁਰਖ ਦੱਸਿਆ ਕਰਦੇ ਸੀ ਕਿ ਆਦਮੀ ਬੱਚੇ ਨੂੰ ਖੜਾਉਂਦਾ ਹੋਵੇ ਮਾਂ ਜਾਂ ਪਿਓ ਬੱਚੇ ਨੂੰ ਖੜਾਉਂਦਾ ਹੋਵੇ ਤੁਸੀਂ ਦੂਰੋਂ ਵੇਖਿਓ ਨੇੜਿਓ ਨਹੀਂ ਦੂਰੋਂ ਵੇਖਿਓ ਮਾਂ ਪਤਾ ਨਹੀਂ ਕਿਹੜੀ-ਕੜੀ ਭਾਸ਼ਾ ਬੋਲ ਰਹੀ ਹੁੰਦੀ ਪਤਾ ਨਹੀਂ ਉਹ ਕਿਸੇ ਭਾਸ਼ਾ ਦਾ ਸ਼ਬਦ ਹੈ ਵੀ ਕਿ ਨਹੀਂ ਹੈ ਜੋ ਮੂੰਹ ਚ ਆਇਆ ਉਹ ਬੋਲੀ ਜਾਂਦੀ ਹੈ ਖੜਾ ਲਈ ਦੂਸਰੀ ਲੱਗਦਾ ਹੋਵੇਗਾ ਕਿ ਕੁਖਰੇ ਮਾਂ ਕਮਲੀ ਹੋ ਗਈ ਕੀ ਬੋਲੀ ਜਾਂਦੀ ਹੈ ਨਾ ਕੋਈ ਭਾਸ਼ਾ ਨਾ ਕੋਈ ਸ਼ਬਦ ਕਿਹੜੇ-ਕਿਹੜੇ ਨਾਮ ਆਪਣੇ ਬੱਚੇ ਨੂੰ ਦਿੰਦੀ ਹੈ ਇੱਕ ਆਦਮੀ ਬੱਚੇ ਨੂੰ ਖਿਲਾਉਂਦਾ ਮਸਤਾਨਾ ਜਾਂ ਕਹ ਲਓ ਪਾਗਲ ਲੱਗਦਾ ਦੂਸਰਾ ਆਦਮੀ ਸ਼ੀਸ਼ਾ ਵੇਖਦਾ ਗ੍ਰੰਥਾਂ ਚ ਲਿਖਿਆ ਹੋਇਆ ਕਿਸੇ ਨੂੰ ਤੁਸੀਂ ਸ਼ੀਸ਼ਾ ਵੇਖਦੇ ਆਂ ਵੇਖੋ ਤੇ ਦੂਰੋਂ ਵੇਖਿਓ ਹਰਾਨਗੀ ਦੀ ਗੱਲ ਸਾਨੂੰ ਹਾਸਾ ਆਵੇਗਾ ਤੇ ਜਦੋਂ ਅਸੀਂ ਸ਼ੀਸ਼ਾ ਵੇਖਦੇ ਹੋਵੇਂਗਾ ਸਾਨੂੰ ਵੀ ਵੇਖ ਕੇ ਦੂਸਰਾ ਬੰਦਾ ਹੱਸੇਗਾ ਖਾਸ ਕਰਕੇ ਨੌਜਵਾਨੀ ਚ ਬਡਾਪੇ ਚ ਨਹੀਂ ਕਿਉਂਕਿ ਬਡਾਪੇ ਦੇ ਕੁਝ ਲੱਛਣ ਨੇ ਕਿ ਜਦੋਂ ਆਦਮੀ ਸ਼ੀਸ਼ੇ ਦੇ ਬਹੁਤਾ ਨੇੜੇ ਨਹੀਂ ਜਾਂਦਾ ਜਿਆਦਾ ਦੇਖਣਾ ਨੂੰ ਪਸੰਦ ਨਹੀਂ ਹੁੰਦਾ ਹਸਣਾ ਨਹੀਂ ਪਸੰਦ ਹੁੰਦਾ ਇੱਕ ਉਹ ਅੰਗਰੇਜ਼ ਨੇ ਲਿਖਿਆ ਹੋਇਆ ਕਿ ਅਸਲ ਵਿੱਚ ਉਹ ਮੈਚਿਓਰਿਟੀ ਆ ਕਿ ਜਦੋਂ ਬੰਦੇ ਦਾ ਜਨਮ ਦਿਨ ਵੀ ਹੋਵੇ ਤੇ ਉਹਦੇ ਲਈ ਸਧਾਰਨ ਦਿਨ ਹੋਵੇ ਨੌਜਵਾਨੀ ਦੀ ਗੱਲ ਕਰਦੇ ਆ ਤੇ ਤੀਸਰਾ ਜਿਸ ਦੀ ਵੀ ਵਿਅਕਤੀ ਵਿਸ਼ੇਸ਼ ਦੇ ਨਾਲ ਜਾਂ ਵਸਤੂ ਨਾਲ ਸਾਡਾ ਲਗਾਵ ਹੋਵੇ ਤੇ ਉਹਦੀ ਜਦੋਂ ਅਸੀਂ ਤਾਰੀਫ ਕਰਦੇ ਹੋਈਏ ਉਦੋਂ ਵੀ ਅਸੀਂ ਆਪਣੇ ਆਪੇ ਤੋਂ ਬਾਹਰ ਹੁੰਨੇ ਹ ਹੁਣ ਘੋੜਿਆਂ ਦੀ ਤਾਰੀਫ ਘੋੜਿਆਂ ਦੀ ਵਡਿਆਈ ਮਾਕਰਨਾ ਇਹ ਬਹਾਦਰਾਂ ਨੂੰ ਹੀ ਪਤਾ ਜੇ ਦੁਨੀਆਂ ਦੇ ਉੱਪਰ ਤੁਸੀਂ ਕਿਸ ਮਰਜ਼ੀ ਚੀਜ਼ ਦੀ ਅਸਵਾਰੀ ਕਰ ਲਓ ਭਾਵੇਂ ਬੋਲਟ ਦੀ ਅਸਵਾਰੀ ਕਰ ਲਵੋ ਜਹਾਜ਼ ਤੇ ਚੜ ਲਵੋ ਕੋਈ ਪ੍ਰਾਈਵੇਟ ਰਿਜ਼ਰਟ ਖਰੀਦ ਲਵੇ ਜੋ ਮਰਜੀ ਦੁਹਾਈ ਰਾਮ ਕੀ ਜਿਹੜਾ ਆਨੰਦ ਘੋੜੇ ਤੇ ਅਸਵਾਰ ਹੋ ਕੇ ਆਉਂਦਾ ਜੇ ਕਿਤੇ ਨਹੀਂ ਜੇ ਆਉਂਦਾ ਘੋੜੇ ਤੇ ਚੜਿਆ ਬੰਦਾ ਨਾ ਗ੍ਰੰਥਾਂ ਚ ਲਿਖਿਆ ਹੋਇਆ ਕਿ ਗਰੀਬ ਵੀ ਹੋਵੇ ਤੇ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ ਘੋੜਿਆਂ ਦੀ ਅਸਵਾਰੀ ਜਿਹੜੀ ਹੈ ਨਾ ਖਾਲਸਾ ਜੀ ਉਹ ਸਾਡੀ ਰਵਾਇਤ ਹੈ ਸਾਡੀ ਰਵਾਇਤ ਗੁਰਦਸ਼ਮੀ ਪਾਸ਼ਾ ਮਹਾਰਾਜ ਨੇ ਭਾਈ ਰਾਮ ਕੋਇਰ ਜੀ ਸਾਹਿਬ ਜੋ ਭਾਈ ਗੁਰਬਖਸ਼ ਸਿੰਘ ਸਾਹਿਬ ਜੀ ਹੋਏ ਨੇ ਜਿਨ੍ਹਾਂ ਨੇ ਸਾਰੀ ਕਥਾ ਸੁਣਾਈ ਤੇ ਸੁਣੀ ਹੋਈ ਕਥਾ ਅੱਗੇ ਪੰਥ ਨੇ ਲਿਖੀ ਤੇ ਲਿਖੀ ਹੋਈ ਕਵਤਾ ਕਥਾ ਨੂੰ ਕਵਤਾ ਦਾ ਰੂਪ ਦਿੱਤਾ ਮਹਾਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਉਹ ਭਾਈ ਗੁਰਬਖਸ਼ ਸਿੰਘ ਸਾਹਿਬ ਜੀ ਨੇ ਕਿਹਾ ਸੀ ਮਹਾਰਾਜ ਮੈਂ ਤੁਹਾਡਾ دیدار ਕਰਕੇ ਤੇ ਫਿਰ ਪ੍ਰਸ਼ਾਦ ਬਾਣੀ શકਦਾ ਤੇ ਮਹਾਰਾਜ ਨੇ ਕਿਹਾ ਸੀ ਗਾ ਵੀ ਘੋੜੀ ਤੇ ਅਸਵਾਰ ਹੋ ਕੇ ਜਦੋਂ ਸ਼ਿਕਾਰ ਖੇਡਣ ਜਾਇਆ ਕਰੂੰਗੇ ਰਮਦਾਸ ਨਗਰ ਉਦੋਂ ਆਸ-ਪਾਸ ਬਹੁਤਾ ਜੰਗਲ ਹੁੰਦਾ ਸੀ ਜਦੋਂ ਸ਼ਿਕਾਰ ਖੇਡਣ ਵਾਸਤੇ ਜਾਇਆ ਕਰੋਗੇ ਸਾਡਾ دیدار ਹੋਵੇਗਾ ਤੇ ਭਾਈ ਰਾਮਕੋਇਰ ਜੀ ਸਾਹਿਬ ਘੋੜੀ ਦੇ ਇੱਕ ਪਾਸੇ ਪੈਰ ਰੱਖ ਕੇ ਅਸਵਾਰ ਹੁੰਦੇ ਸੀ ਤੇ ਇੰਨੀ ਘੋੜੀ ਤੇਜ਼ ਚੱਲਦੀ ਸੀ ਕਿ ਲੋਕ ਸੋਚਦੇ ਸੀ ਬਾਬਾ ਹੁਣੇ ਡਿੱਗਿਆ ਤੇ ਹੁਣੇ ਡਿੱਗਿਆ ਸਰੀਰ ਬੜਾ ਉਹਨਾਂ ਦਾ ਭਾਰਾ ਸੀਗਾ ਔਰ ਦੇ ਮੁਕਤ ਸਨ ਵਿਦੇਹ ਅਵਸਥਾ ਨੂੰ ਆਪ ਜੀ ਪ੍ਰਿਆਪ ਸਨ ਭਾਈ ਰਾਮਕੋਇਰ ਜੀ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਣ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ ਕਿਉਂਕਿ ਬਾਬੇ ਬੁੱਢੇ ਜੀ ਸਾਹਿਬ ਜੀ ਨੂੰ ਇਹ ਮਹਾਰਾ ਨੇ ਸਨਮਾਨ ਦਿੱਤਾ ਸੀ ਜਿਨ੍ਹਾਂ ਨੂੰ ਬਾਬਾ ਬੁੱਢਾ ਜੀ ਸਾਹਿਬ ਜੀ ਜਾਂ ਉਹਨਾਂ ਦਾ ਖਾਨਦਾਨ ਨਮਸਕਾਰ ਕਰ ਦਿੰਦਾ ਸੀ ਉਹ ਗੁਰੂ ਸਨਮਾਨੇ ਜਾਂਦੇ ਸਨ ਇਹ ਗੁਰੂ ਘਰ ਦੀ ਰਵਾਇਤ ਸੀ ਆਦ ਗੁਰੂ ਨਾਨਕ ਦੇਵ ਜੀ ਮਹਾਰਾ ਤੋਂ ਚੱਲੀ ਆਉਂਦੀ ਇਸ ਕਰਕੇ ਘੋੜੇ ਦੀ ਅਸਵਾਰੀ ਜਿਹੜੀ ਆ ਨਾ ਘੋੜੇ ਦੀ ਅਸਵਾਰੀ ਕਰਨ ਵਾਲੇ ਬੰਦੇ ਨੂੰ ਨਾ ਛੇਤੀ ਕੀਤੇ ਅਟੈਕ ਹੋਵੇ ਪੇਟ ਦੀਆਂ 99% ਬਿਮਾਰੀਆਂ ਦਾ ਇਲਾਜ ਜਿਹੜਾ ਉਹ ਘੋੜੇ ਦੀ ਅਸਵਾਰੀ ਤੇ ਮਾੜੇ ਬੰਦੇ ਨੇ ਘੋੜੇ ਦੀ ਅਸਵਾਰੀ ਕੀ ਕਰਨੀ ਹੁੰਦੀ ਸਭ ਤੋਂ ਵੱਡਾ ਅੰਤਰ ਜਾਮੀ ਜੇ ਕੋਈ ਹੈ ਪ੍ਰਕਿਰਤੀ ਦੀ ਗੋਦ ਵਿੱਚ ਉਹ ਘੋੜਾ ਹੈ ਅਣਜਾਣ ਬੰਦੇ ਨੂੰ ਘੋੜਾ ਨੇੜੇ ਨਹੀਂ ਆਉਣ ਦਿੰਦਾ ਉਹਨੂੰ ਪਤਾ ਲੱਗ ਜਾਂਦਾ ਅਣਜਾਣ ਹੈ ਘੋੜੇ ਨੂੰ ਚਾਹੀਦਾ ਬੰਦਾ ਕਸਮਾ ਉਹਨੂੰ ਕਸ ਕੇ ਰੱਖੇ ਢਿੱਲੇ ਸਵਾਰ ਨੂੰ ਉਹ ਨੇੜੇ ਨਹੀਂ ਆਉਣ ਦਿੰਦਾ ਉਹ ਦੁਸ਼ਮਣ ਨੂੰ ਪਛਾਣਦਾ ਨਿਹੰਗ ਸਿੰਘ ਸੋ 10ਵੀਂ ਦਲਬੰਤ ਵਿੱਚ ਰਿਹਾ ਮੈਨੂੰ ਵੀ ਸ਼ੌਂਕ ਹੈ ਉਹਨ ਘੋੜਿਆਂ ਦੀ ਗੱਲ ਚੱਲ ਰਹੀ ਭਾਵੇਂ ਕਥਾ ਵੀ ਘੋੜਿਆਂ ਦੀ ਚੱਲ ਰਹੀ ਪਰ ਹੋ ਸਕਦਾ ਹੁਣ ਮੈਂ ਵੀ ਆਪਣੇ ਆਪੇ ਤੋਂ ਬਾਹਰੀ ਹੋਵਾਂ ਨਿਹੰਗ ਸਿੰਘ ਘੋੜੇ ਨੂੰ ਨਮਸਕਾਰ ਕਰਕੇ ਤੇ ਫਿਰ ਘੋੜੇ ਦੀ ਉਹ ਅਸਵਾਰੀ ਕਰਦੇ ਨੇ ਔਰ ਨਿਹੰਗ ਸਿੰਘ ਮਰਦ ਮੰਨਦੇ ਨੇ ਤੇ ਘੋੜੇ ਨੂੰ ਮੰਨਦੇ ਨੇ ਪ੍ਰਕਿਰਤੀ ਦੀ ਗੋਦ ਵਿੱਚ ਜਿੰਨੇ ਵੀ ਪ੍ਰਾਣੀ ਹਨ ਨਰ ਜਾਂ ਮਾਦਾ ਅਸਥਣ ਜੋ ਹਨ ਉਹ ਪਰਮੇਸ਼ਰ ਨੇ ਸਿਰਫ ਤੇ ਸਿਰਫ ਘੋੜੇ ਨੂੰ ਨਹੀਂ ਦਿੱਤੇ ਹਨ ਸੰਪੂਰਨ ਰੂਪ ਦੇ ਵਿੱਚ ਮਰਦ ਜਿਹੜਾ ਹੈ ਘੋੜਾ ਹੈ। ਔਰ ਇਹ ਕਦੀ ਬੁੱਢਾ ਨਹੀਂ ਹੁੰਦਾ ਹੈ। ਔਰ ਘੋੜਾ ਇੱਕ ਐਸਾ ਜਾਨਵਰ ਹੈ ਜਨਮ ਲੈਂਦਿਆਂ ਸਾਰੇ ਚੱਲਣ ਦੇ ਸਮਰੱਥ ਹੁੰਦਾ ਹੈ। ਜੇ ਜਨਮ ਲੈਂਦਿਆਂ ਸਾਰ ਇਹ ਨਾਂ ਚੱਲੇ ਤੇ ਇਹਦੀ ਮਾਂ ਲੱਤ ਮਾਰਦੀ ਪਛੰਡਾ ਮਾਰਦੀ ਇਹਨੂੰ ਕਿ ਉੱਠ ਕੇ ਤੁਰ ਤੇ ਉਹਨੂੰ ਨਾਲ ਤੋਰਦੀ ਹੈ। ਇਹ ਜੰਮਦੇ ਹੀ ਉਹ ਜੰਮਦਿਆਂ ਸੂਲਾਂ ਦੇ ਮੂੰਹ ਤਿੱਖੇ ਵਾਲੀ ਗੱਲ ਇਹ ਜੰਮਦੇ ਹੀ ਮਰਦ ਹੁੰਦੇ ਨੇ ਇਹਨਾਂ ਨੇ ਕਦੀ ਕਿਸੇ ਦੇ ਗੁਲਾਮ ਤੇ ਅਧੀਨ ਕੀ ਹੋਣਾ। ਇੱਕ ਵਾਰੀ ਇੱਕ ਨਜ਼ਾਰਾ ਨੇਤਰਾ ਨਾਲ ਧੱਕਿਆ ਸੀ 2007 ਵਿੱਚ ਕਿਸੇ ਵਿਦਿਆਲੇ ਵਿੱਚ ਉਹ ਘੋੜਾ ਸੀਗਾ ਸੋ ਸੇਵਾ ਕਰਦੇ ਸੀ ਅਸੀਂ ਸਾਰੇ ਪਤਾ ਨਹੀਂ ਘੋੜੇ ਨੂੰ ਕੋਈ ਡਰ ਆਇਆ ਜਾਂ ਉਹਦਾ ਕੀ ਦਿਮਾਗ ਹਿੱਲਿਆ ਪਰਮੇਸ਼ਰ ਜਾਣੇ ਖੁਰਲੀ ਸੀ ਬੜੀ ਵੱਡੀ ਜੋ ਧਰਤੀ ਵਿੱਚ ਵੀ ਗੱਡੀ ਹੋਈ ਸੀ ਕੁਝ ਇੰਚ ਜਾਂ ਕੁਝ ਫੁੱਟ ਤੱਕ ਉਹਦੇ ਵਿੱਚ ਹੀ ਉਹਨੂੰ ਚਾਰਾ ਪਾਉਂਦੇ ਸਨ ਘੋੜੇ ਨੂੰ ਮਜ਼ਬੂਤ ਸੀ ਵੱਡੇ ਭਾਰੀ ਲੋਹੇ ਦੀ ਸੀਗੀ ਕਈ ਕਿਲੋ ਦਾ ਵਜ਼ਨ ਹੋਵੇਗਾ ਉਹਨੂੰ ਬਲੇਟ ਬਲੇਟ ਕੇ ਕਿੱਲੇ ਦੇ ਵਿੱਚ ਸਥਾਨ ਸੀਗਾ ਤੇ ਕਈ ਉਹਦੇ ਗੇੜੇ ਲਵਾਏ ਕੋੜੇ ਨੇ ਉੱਥੇ ਸਾਈਕਲ ਸਨ ਬੱਚੇ ਕੁਝ ਪੜਨ ਆਉਂਦੇ ਸਨ ਸੰਖਿਆ ਕਰਨ ਵਾਸਤੇ ਕਈ ਸਾਈਕਲ ਵੀ ਮਰੋੜ ਕੇ ਰੱਖ ਦਿੱਤੇ ਮੇਰਾ ਮਤਲਬ ਇਹ ਆ ਵੀ ਜੇ ਆਪਣੀ ਆਈ ਤੇ ਆ ਜੇ ਤੇ ਕੋੜੇ ਨੂੰ ਕੋਈ ਫੜ ਵੀ ਨਹੀਂ ਸਕਦਾ ਤਾਂ ਇਸੇ ਪ੍ਰਕਾਰ ਇਹ ਸਾਧ ਸੰਗਤ ਜੀ ਤੁਸੀਂ ਕਦੇ ਨਨਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਜਾਓ ਉੱਥੇ ਰਸਤੇ ਵਿੱਚ ਇੱਕ ਸਥਾਨ ਹੈ ਰੋਡ ਦੇ ਉੱਪਰ ਉਹਦਾ ਨੌਵੇਂ ਗੁਰਦੁਆਰਾ ਸੋਹਿਲਾ ਕੋੜਾ ਦਰਸ਼ਨ ਕੀਤੇ ਗੱਡੀ ਰੋਕੀ ਅਸੀਂ ਜਾ ਕੇ ਅੰਦਰ ਦੀਦਾਰ ਪਾਇਆ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾ ਦਾ ਘੋੜਾ ਉੱਥੇ ਸ਼ਹੀਦ ਹੋਇਆ ਸੀ ਮਹਾਰਾ ਨੇ ਆਪ ਉਹਦਾ ਸਸਕਾਰ ਕੀਤਾ ਸੀਗਾ ਉਹਦੇ ਨਾਂ ਤੇ ਸਥਾਨ ਬਣਿਆ ਹੋਇਆ ਗੁਰਦੁਆਰਾ ਸੋਹਿਲਾ ਕੋੜਾ ਮਹਾਰਾ ਨੇ ਘੋੜੇ ਦਾ ਨਾਂ ਰੱਖਿਆ ਸੀ ਸੋਹਿਲਾ ਮਹਾਰਾ ਦੇ ਘੋੜੇ ਜਿਹੜੇ ਸਨ ਉਹ ਤਮਾਕੂ ਦੇ ਖੇਤਾਂ ਵਿੱਚ ਨਹੀਂ ਸੰਜਾਂਦੇ ਐਸੀ ਉਹ ਸੋਜੀ ਵਾਲੇ ਸਨ ਪਸ਼ੂ ਪਰੇਤ ਮੁਗਧ ਕੋ ਉਤਾਰੇ ਮਾਹਣ ਪਾ ਰਿਓ ਉਤਾਰੇ ਸੋ ਇਨਾਂ ਜਾਨਵਰਾਂ ਦਾ ਪਸ਼ੂਆਂ ਦਾ ਵੀ ਸਾਥ ਸੰਗਤ ਜੀ ਉਧਾਰ ਹੋਇਆ ਹੈ ਤੇ ਘੋੜਾ ਰੱਖਣ ਵਾਲਾ ਬੰਦਾ ਆਲਸੀ ਨਹੀਂ ਜੇ ਹੋ ਸਕਦਾ ਤੇ ਆਲਸੀ ਬੰਦਾ ਘੋੜਾ ਨਹੀਂ ਜੀ ਰੱਖ ਸਕਦਾ ਆਲਸੀ ਬੰਦੇ ਨੇ ਘੋੜਾ ਕੀ ਰੱਖਣਾ ਹੋਇਆ ਸੀ ਪ੍ਰਕਿਰਤੀ ਨਾਲੋਂ ਟੁੱਟੇ ਹੋਇਆ ਜਿਹੜੇ ਆਦਮੀ ਪਸ਼ੂ ਰੱਖਦੇ ਨੇ ਪਸ਼ੂ ਪਾਲਦੇ ਨੇ ਉਹ ਬੰਦੇ ਕਦੀ ਨਾਸਤਕ ਨਹੀਂ ਹੋ ਸਕਦੇ ਆਚਾਰੀਆ ਰਜਨੀਸ਼ ਉਹ ਸ਼ੋ ਕਹਿੰਦਾ ਸੀ ਕਿ ਜਿਹੜਾ ਬੰਦਾ ਪਸ਼ੂਆਂ ਵਿੱਚ ਰਹਿੰਦਾ ਖੇਤੀਬਾੜੀ ਦਾ ਕਿੱਤਾ ਕਰਦਾ ਹੈ ਉਹ ਕਦੀ ਨਾਸਤਕ ਨਹੀਂ ਹੋ ਸਕਦਾ ਤੋ ਇਸੇ ਪ੍ਰਕਾਰ ਸੁਭਾਵਕ ਉਹਨੇ ਸਮੇਂ ਨਾਲ ਸੌਣਾ ਤੇ ਪਸ਼ੂਆਂ ਦੀ ਸੇਵਾ ਕਰਨੇ ਤੇ ਉਹਨੇ ਸਮੇਂ ਨਾਲ ਜਾਗਣਾ ਇਹ ਸਾਡੀ ਸਭਿਆਤਾ ਹੈ ਇਹ ਸਾਡਾ ਸਾਤਸੰਗਤ ਜੀ ਕਲਚਰ ਹੈ ਗੁਰੂ ਵੱਲੋਂ ਦਿੱਤੀ ਹੋਈ ਸਾਨੂੰ ਮਰਜ਼ਾਦਾ ਹੈ ਉਹ ਜਦੋਂ ਘੋੜੇ ਦੀ ਇੰਨੀ ਭਾਰੀ ਤਾਰੀਫ਼ ਕਰ ਰਹੇ ਨੇ ਸਿੱਖ ਕੇ ਮਹਾਰਾਜ ਉਸ ਘੋੜੇ ਨੂੰ ਇੰਦਰ ਵੀ ਦੇਖੇ ਤੇ ਲੱਟੂ ਹੋ ਜੇ ਉਹਦੇ ਤੋਂ ਨਿਸ਼ਾਵਰ ਹੋ ਜਾਵੇ ਤੇ ਮਹਾਰਾਜ ਜਦੋਂ ਅਸੀਂ ਉਹ ਘੋੜਾ ਦੇਖਿਆ ਤੇ ਮਨ ਵਿੱਚ ਇਹ ਚੇਸਤਾ ਉਤਪੰਨ ਹੋਈ ਕਿ ਗਰੀਬ ਨਿਵਾਜ ਮਹਾਰਾਜ ਇਹ ਘੋੜਾ ਆਪਜੀ ਦੇ ਪਾਸ ਚਾਹੀਏ ਚੁਰ ਕੇ ਸਰ ਟਿਕ ਹੈ ਤੋ ਸਹੀ ਔਰ ਕੀ ਮਹਾਰਾਜ ਉਹ ਤੁਰਕੀਸ਼ਵਰ ਸ਼ਾਹ ਜਹਾਂ ਦੇ ਪਾਸ ਹੈ ਤਾਂ ਸਹੀ ਦਰਨ ਅਰੂਡਨ ਜਾਣ ਨਹੀਂ ਪਰ ਉਹ ਲੜਨਾ ਤੇ ਘੋੜੇ ਤੇ ਸਵਾਰ ਹੋਣਾ ਨਹੀਂ ਜਾਣਦਾ ਆਲਸੀ ਹੈ ਸ਼ਰਾਬੀ ਤੇ ਕਬਾਬੀ ਹੈ ਸਤਗੁਰ ਕੋ ਡੀਲ ਬੜੇ ਰੋ ਸਤਗੁਰੂ ਜੀ ਮਹਾਰਾਜ ਜੀ ਦਾ ਵੱਡਾ ਭਾਰੀ ਡੀਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਹੁਤ ਵੱਡਾ ਡੀਲ ਸੀ ਸਰੀਰ ਦਾ ਕੱਦ-ਕਾਠ ਬਹੁਤ ਵੱਡਾ ਸੀ ਕਦੇ ਦਰਸ਼ਨ ਕਰਨਾ ਹੋਵੇ ਤੇ ਮਹਾਰਾਜ ਦੇ 52 ਕਲੀਆਂ ਵਾਲਾ ਚੋਲਾ ਮਾਲਵੇ ਦੇ ਵਿੱਚ ਪਿਆ ਹੋਇਆ ਲੁਧਿਆਣੇ ਜ਼ਿਲ੍ਹੇ ਚ ਨਾਮ ਭੁੱਲ ਗਿਆ ਉੱਥੇ ਮਹਾਰਾਜ ਜੀ ਦਾ دیدار ਪਾ ਸਕਦੇ ਹਾਂ ਬਹੁਤ ਵੱਡਾ ਢੀਲ ਸੀ ਇਹ ਗੁਰਸਿੱਖ ਕਹਿੰਦੇ ਹਨ ਹੋਏ ਅਰੂਡਣ ਸੁਭਹ ਕਨੇਰੋ ਜੇ ਇਸ ਘੋੜੇ ਉੱਪਰ ਸਤਿਗੁਰੂ ਗੁਰਦੇਵ ਮਹਾਰਾਜ ਅਸਵਾਰ ਹੋਣ ਤੇ ਫਿਰ ਮਹਾਰਾਜ ਬੜੇ ਸ਼ੋਭਣ ਇਹ ਗੁਰਸਿੱਖਾਂ ਨੇ ਸਾਥ ਸੰਗਤ ਜੀ ਮਨ ਵਿੱਚ ਚੇਸਟਾ ਇੱਛਾ ਜਿਹੜੀ ਹੈ ਉਹ ਉਤਪੰਨ ਕੀਤੀ ਹੈ ਗਰੀਬ ਨਿਵਾਜ ਮਹਾਰਾਜ ਸਤਿਗੁਰਾਂ ਦੇ ਵਾਸਤੇ ਪਿਸ਼ੋਰੀ ਸਿੱਖ ਕਾਬਲੀ ਸਿੱਖ ਇਹ ਦੋ ਘੋੜੇ ਲੈ ਕੇ ਆਏ ਸਨ ਜਿਨ੍ਹਾਂ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਦੇ ਐਲਦਾਰਾਂ ਚਾਪਲੂਸਾਂ ਨੇ ਖੋ ਕੇ ਉਹਨੂੰ ਭੇਟ ਕੀਤਾ ਸੀ ਪਰ ਇਹਦੇ ਨਸੀਬਾਂ ਵਿੱਚ ਇਹਦੀ ਅਸਵਾਰੀ ਨਹੀਂ ਇਹ ਘੋੜੇ ਮਹਾਰਾਜ ਦੇ ਪਾਸ ਆਉਣਗੇ ਬਹਾਦਰ ਬਾਬਾ ਵਿਦੀਜਾਂਜੀ ਸਾਹਿਬ ਲੈ ਕੇ ਆਉਣਗੇ ਕਈ ਦਿਨ ਇਹ ਘੋੜਿਆਂ ਦੀ ਕਥਾਏ ਚੱਲਣੀ ਉੱਥੋਂ ਜੰਗ ਜੋਧ ਵੀ ਹੋਣਗੇ ਇਹ ਗੁਰੂਕੀਆਂ ਰਵਾਈਤਾਂ ਗੁਰੂਕੀਆਂ ਪਰੰਪਰਾਵਾਂ ਹਨ ਸਮਾਂ ਇੱਥੇ ਕਰੀਬਨ ਮੰਝਲ ਤੇ ਹੈ ਵਰਕਰਨ ਵੀ ਮੰਜ਼ਲ ਤੇ ਵਿਅੰਤਕੁਰ ਸਿੱਖ ਸੰਗਤਾਂ ਦਾ ਆਵਾਗਮਨ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਵਧਿਆ ਕਿਉਂਕਿ ਰੇਲਾਂ ਦੀ ਜਹਾਜ਼ਾਂ ਦੀ ਆਵਾਜ਼ਾਈ ਬਿਲਕੁਲ ਸਧਾਰਨ ਹੋ ਗਈ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਮਹਾਰਾਜ ਦੇ ਗੁਰਸੇਖਾਂ ਨੇ ਕਿ ਹਾਜ਼ਰੀਆਂ ਭਰ ਰਹੇ ਨੇ ਸੋਹਣਿਆ ਤੇ ਸਚੱਜੇ ਪ੍ਰਬੰਧ ਗਰੀਬ ਨਿਵਾਜ਼ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਚੱਲ ਰਹੇ ਨਿਸਮੁੱਚੇ ਪ੍ਰਬੰਧਕ ਖੁਸ਼ੀ ਦੀ ਗੱਲ ਹੈ ਬੜੇ ਚਾਹ ਤੇ ਉਤਸ਼ਾਹ ਦੇ ਸਹਿਤ ਸੋ ਬੜੇ ਚਾਹ ਦੇ ਨਾਲ ਇੱਕ ਦੂਸਰੇ ਤੋਂ ਵੱਧ ਚੜ ਕੇ ਸਮਾ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਵਿੱਚ ਦੇ ਕੇ ਕਿਉਂਕਿ ਸਮਾ ਇਹ ਗਰੀਬ ਨਿਵਾਜ਼ ਮਹਾਰਾਜ ਜੀ ਨੇ ਅਵਸਰ ਭਾਗਾ ਦੇ ਨਾਲ ਬਖਸ਼ਿਆ ਹੋਇਆ ਵੱਧ ਤੋਂ ਵੱਧ ਸੇਵਾ ਕਰ ਰਹੇ ਨੇ ਗਰੀਬ ਨਿਵਾਜ਼ ਮਹਾਰਾਜ ਜੀ ਦੇ ਆਨੰਦਪਿਆਰੇ ਗੁਰਸਿੱਖ ਸਰਦਾਰ ਇੰਦਰਜੀਤ ਸਿੰਘ ਜੀ ਨਿਤਨੇਮੀ ਹਨ ਕੁਝ ਗੁਰਸਿੱਖ ਨੇ ਜਿਨ੍ਹਾਂ ਦਾ ਜ਼ਿਕਰ ਕਰਦੇ ਆਂ ਕਰਉਂਦਿਆਂ ਮਾਨ ਵਿੱਚ ਚਾਹ ਵੀ ਪੈਦਾ ਹੁੰਦਾ ਪਿਛਲੇ 2 ਹਫ਼ਤੇ ਹੋ ਗਏ ਸ਼ਾਇਦ ਰਾਤ 12:30 ਵਜੇ ਗੁਰਮਖਾਂ ਦੇ ਨਾਲ ਕੋਈ ਕਿਸੇ ਗੱਲ ਤੇ ਬਚਨ ਹੋਇਆ 12:30 ਵਜੇ ਤੇ ਸਵੇਰੇ ਮੈਂ 4 ਵਜੇ ਇਹਨਾਂ ਨੂੰ ਮਹਾਰਾ ਦੇ ਦਰਬਾਰ ਵਿੱਚ ਦੇਖਿਆ ਭਾਵਨਿਤ ਨੇਮੀ ਹਨ ਤੇ ਇਸ ਪ੍ਰਕਾਰ ਬਡੇਰੀ ਉਮਰਾ ਹੋਣ ਦੇ باوجود ਵੀ ਸੈਰ ਕਰਨੀ ਇੱਥੇ ਮੰਗਲ ਤਲਾਬ ਤੇ ਵੀ ਵੇਖਿਆ ਜਾ ਸਕਦਾ ਗੰਗਾ ਦੇ ਉੱਪਰ ਵੀ ਸੋ ਇਸ ਪ੍ਰਕਾਰ ਇਹ ਸਾਨੂੰ ਆਪਣੇ ਬਜ਼ੁਰਗਾਂ ਤੋਂ ਵੱਡਿਆਂ ਤੋਂ ਸਿੱਖਣ ਵਾਲੀਆਂ ਚੀਜ਼ਾਂ ਨੇ ਇਸ ਕਰਕੇ ਅਸੀਂ ਦੁਹਰਾਉਂਦੇ ਹਾਂ ਕਿ ਅਸੀਂ ਇਹ ਥੋੜਾ ਵੀ ਬੁਢਾਪੇ ਵਿੱਚ ਅਸੀਂ ਸੈਰ ਕਰਨੀ ਜਦੋਂ ਸ਼ੁਕਰ ਹੋ ਗਈ ਸਾਨੂੰ ਨੌਜਵਾਨਾਂ ਨੂੰ ਵੀ ਇਹ ਚੀਜ਼ਾਂ ਜਿਹੜੀਆਂ ਨੇ ਬਜ਼ੁਰਗਾਂ ਤੋਂ ਅੰਮ੍ਰਿਤ ਵੇਲੇ ਉੱਠ ਕੇ ਸੈਰ ਛਾਪਾਟੇ ਵਾਲੀਆਂ ਸਰੀਰ ਨੂੰ ਇਹੋ ਤੇ ਕਥਾ ਚੱਲ ਰਹੀ ਘੋੜਿਆਂ ਦੀ ਜੰਗਾਂ ਜੁੱਧਾਂ ਦੀ ਇਹ ਲਾਭ ਲੈਣ ਵਾਲੀਆਂ ਚੀਜ਼ਾਂ ਨੇ ਸਾਨੂੰ ਲਾਭ ਲੈਣਾ ਚਾਹੀਦਾ ਜੋ ਮੈਂ ਆਪਣੇ ਨੇਤਰਾਂ ਦੇ ਨਾਲ ਦੇਖਿਆ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਬੇਅੰਤ ਗੁਰਸੇਖ ਆਏ ਨੇ ਔਰ ਗੁਰਮukh ਪਿਆਰੇ ਗਿਆਨੀ ਜੀ ਗਿਆਨੀ ਸਾਹਿਬ ਸਿੰਘ ਜੀ ਜਿਨ੍ਹਾਂ ਦੇ ਦਾਸ ਉੱਪਰ ਨਿਜੀ ਵਿਸ਼ੇਸ਼ ਪਰਉਪਕਾਰ ਹਾਂ ਦਾਸ ਅਠਾ ਕੋਸਾਲਾਂ ਦਾ ਬੱਚਾ ਸੀ ਇੱਕ ਵਾਰੀ 2018 ਵਿੱਚ ਮੈਂ ਹਰਮੰਦਰ ਸਾਹਿਬ ਹਰ ਕੀ ਵੱਢੀ ਦੇਖੋ ਸੰਤੋਹ ਹਰ ਨਿਮਾਣਿਆ ਮਾਨ ਦਿਵਾਏ ਇਹ ਦੀ ਕਥਾ ਕਰਦਿਆਂ ਮੈਂ ਕਿਹਾ ਸੀ ਮੈਂ ਗੁਰੂ ਨਾਨਕ ਦੇ ਘਰੇ ਨੰਗੇ ਪੈਰੀ ਆਇਆ ਸੀ ਜਿਹੜੀ ਚप्पल ਹੁੰਦੀ ਹੈ ਨਾ ਸਲੀਪਰ ਉਹ ਮੇਰੇ ਪੈਰਾਂ 'ਚ ਨਹੀਂ ਸੀਗਾ ਮੈਂ ਨੰਗੇ ਪੈਰੀ ਗੁਰੂ ਨਾਨਕ ਦੇ ਘਰ ਵਿੱਚ ਆਇਆ ਸੀ ਤੇ ਮੇਰੀ ਮਾਂ ਨੇ 50 ਰੁਪਏ ਦਿੱਤੇ ਸੀ ਭਾਈ ਸਾਹਿਬ ਇਹਨਾਂ ਨੂੰ ਪੀਨ ਨੂੰ ਚੱਪਲ ਲੈ ਦਿਓ ਤੇ ਇਹਨਾਂ ਨੇ 50 ਰੁਪਏ ਮੇਰੀ ਜੇਬ ਵਿੱਚ ਪਾਤੇ ਵੀ ਉੱਥੇ ਸਾਰੀਆਂ ਚੱਪਲਾਂ ਸਾਰਿਆਂ ਦੀਆਂ ਹੁੰਦੀਆਂ ਨੇ ਮਤਲਬ ਚੱਪਲ ਚੁੱਕੀ ਜਾਂਦੀ ਹੱਸ ਕੇ ਕਿਹਾ ਇਹਨਾਂ ਨੇ ਮੈਨੂੰ ਟਕਸਾਲ ਵਿੱਚ ਛੱਡਿਆ ਦਾਸ ਜਦੋਂ ਇਹਨਾਂ ਨੂੰ ਮਿਲਦਾ ਤੇ ਜੋੜਾ ਉਤਾਰ ਕੇ ਸਤਿਕਾਰ ਸਹਿਤ ਮਿਲਦਾ ਬਹੁਤ ਵਿਦਵਾਨ ਨੇ ਤੇ ਆਪਣੀ ਕਿਰਤ ਕਰਦੇ ਹਨ ਅਮਰੀਕਾ ਵਿੱਚ ਹੀ ਰਹਿੰਦੇ ਨੇ ਤੇ ਸਾਲ ਵਿੱਚ ਇੱਕ ਦੋ ਗੇੜੇ ਇਹਨਾਂ ਨੇ ਮਾਰਨੇ ਹੁੰਦੇ ਤੇ ਜਦੋਂ ਵੀ ਆਉਣਾ ਹੋਵੇ ਫਿਰ ਪੰਜਾਂ ਤਖਤਾਂ ਦੇ ਜਾ ਕੇ ਦਰਸ਼ਨ ਕਰਨੇ ਪਰਉਪਕਾਰ ਵਾਲੇ ਦਾਸ ਦੇ ਆਪਣੇ ਨਗਰ ਦੇ ਹਨ ਦਾਸ ਦੇ ਪਿੰਡ ਦੇ ਨੇ ਕੱਲ ਸਵੇਰ ਦੀ ਕਥਾ ਮਹਾਰਾਜ ਦੇ ਅੰਮ੍ਰਿਤ ਦਰਬਾਰ ਵਿੱਚੋਂ ਜੋ ਅੰਮ੍ਰਿਤ ਵੇਲੇ ਤੋਂ ਤਖਾ ਸਾਹਿਬ ਜੀ ਤੋਂ ਅਵਤਾਰ ਅਸਥਾਨ ਜਨਮ ਸਥਾਨ ਤੋਂ ਪਹਿਲਾ ਮੁੱਖ ਵਾਕ ਮਹਾਰਾਜ ਜੀ ਦਾ ਹੁੰਦਾ ਉਹਦੀ ਕਥਾ ਆਪ ਜੀ ਕਰਨਗੇ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ ਜਿੱਥੇ ਵੀ ਇਹ ਕਥਾ ਕਰਦੇ ਨੇ ਦੇਸ਼ ਵਿਦੇਸ਼ ਪ੍ਰਦੇਸ਼ ਵਿੱਚ ਪਟਨਾ ਸਾਹਿਬ ਜੀ ਦਾ ਵਿਸ਼ੇਸ਼ ਜ਼ਿਕਰ ਕਰਨਾ ਬਾਲਾ ਪ੍ਰੀਤਮ ਜੀ ਦਾ ਗੁਰੂਕੀਆਂ ਪਰੰਪਰਾਵਾਂ ਨੂੰ ਪਰਸੋਂ ਦਰਬਾਰ ਸਾਹਿਬ ਵੀ ਆਪ ਜੀ ਨੇ ਇਹਨਾਂ ਦੇ ਮੁੱਖ ਤੋਂ ਕਥਾ ਸੁਣੀ ਹੋਵੇਗੀ ਕ੍ਰਿਪਾ ਕਰਿਬਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਕੰਠ ਵਾਂਗੂ ਆ ਮਹਾਰਾਜ ਦੀ ਬਖਸ਼ਿਸ਼ ਹੈ ਐਸੇ ਵਿਦਵਾਨ ਮਹਾਪੁਰਖ ਔਰ ਪਰਉਪਕਾਰੀ ਰੱਬ ਦੇ ਪਿਆਰਿਆਂ ਦਾ ਮੰਥ ਵਿੱਚ ਵਾਧਾ ਹੋਵੇ ਜਿਹੜੇ ਨਿਰੋਲ ਗੁਰੂ ਕੀ ਵਡਿਆਈ ਕਰਦੇ ਹੋਣ ਮਨੁੱਖਾਂ ਦੀ ਨਹੀਂ ਸਰੀਰਾਂ ਦੀ ਨਹੀਂ ਸਾਡੇ ਵਰਗੇ ਸੋ ਬੇਪਰਵਾਹ ਹਨ ਇਸੇ ਕਰਕੇ ਕਿਸੇ ਦੇ ਅਧੀਨ ਨਹੀਂ ਹੋਏ ਕਿਸੇ ਸਿਸਟਮ ਵਿੱਚ ਨਹੀਂ ਰਹਿੰਦੇ ਆਪਣਾ ਸੁਤੰਤਰ ਹੋ ਕੇ ਆਪਣਾ ਟਰੱਕ ਚਲਾਉਂਦੇ ਨੇ ਕੀਰਤ ਵਿਰਤ ਕਰਦੇ ਨੇ ਤੇ ਵਿਹਲੇ ਸਮੇਂ ਮਹਾਰਾਜ ਦੀ ਕਥਾ ਕਰਦੇ ਬਹੁਤ ਸਾਰੇ ਪਰਉਪਕਾਰਾਂ ਵਾਲੀ ਬਿਰਤੀ ਹੈ ਚਲੋ ਸਿਸਟਮ ਵਿੱਚ ਰਹਿਣਾ ਬਹੁਤ ਕਠਨ ਹੈ ਪਰ ਜਦੋਂ ਐਸੇ ਗੁਰਮਖੰਦਾਂ ਅਸੀਂ ਜਿਹੜੇ ਘਰਾਂ ਵਿੱਚ ਰਹਿ ਕੇ ਅਸੀਂ ਪੂਜਾ ਦਾ ਧੰਨ ਖਾਂਦੇ ਨੇ ਗੋਲਕ ਵਿੱਚੋਂ ਸਾਨੂੰ ਤਨਖਾਹ ਮਿਲਦੀ ਐ ਤੇ ਜਦੋਂ ਐਸੇ ਗੁਰਮਖਾਂ ਦੇ ਉੱਚੇ ਸੁੱਚੇ ਜੀਵਨ ਅਸੀਂ ਵਿੰਦੇ ਆ ਤੇ ਮਨ ਸ਼ਰਮ ਦੇ ਨਾਲ ਨੀਵਾ ਹੁੰਦਾ ਨਿਵਾਣ ਵੱਲ ਜਾਂਦਾ ਕਿ ਘਰਾਂ ਵਿੱਚ ਰਹਿਣ ਵਾਲੇ ਗ੍ਰਸਤੀ ਸਿੱਖ ਸਾਡੇ ਤੋਂ ਕਿੰਨੇ ਉੱਚੇ ਤੇ ਕਿੰਨੇ ਭਾਗਾ ਵਾਲੇ ਤੇ ਕਿੰਨੇ ਸਦਕ ਵਾਲੇ ਘਰਾਂ ਵਿੱਚ ਰਹਿ ਕੇ ਅੰਮ੍ਰਿਤ ਵੇਲੇ ਉੱਠਣਾ ਗੁਰੂ ਕੀ ਸਿੱਖੀ ਕਮਾਉਣੀ ਤੇ ਗੁਰਮਤ ਦਾ ਨਿਸ਼ਕਾਮ ਹੋ ਕੇ ਪ੍ਰਚਾਰ ਕਰਨਾ ਜਿੰਨਾ ਚਿਰ ਤੱਕ ਗ੍ਰਸਤੀ ਸਿੱਖ ਪ੍ਰਚਾਰ ਨਹੀਂ ਕਰਨਗੇ ਉਹਨਾਂ ਚਿਰ ਤੱਕ ਧਰਮ ਵਿੱਚ ਕ੍ਰਾਂਤੀ ਨਹੀਂ ਆਉਣੀ ਭਾਵੇਂ ਕਈ ਸਰੀਰ ਹਨ ਨਹੀਂ ਮੰਗਦੇ ਮਾਇਆ ਪਰ ਚੇਸਟਾ ਤੇ ਮਨ ਵਿੱਚ ਹੁੰਦੀ ਕਿਉਂਕਿ ਹੋਰ ਕੋਈ ਕਿਰਤ ਨਹੀਂ ਪਰ ਜਿੰਨਾ ਚਿਰ ਕੀਰਤੀ ਸਿੱਖ ਅੱਗੇ ਨਹੀਂ ਆਉਂਦੇ ਭਾਵੇਂ ਉਹ ਕੀਰਤਨ ਕਰਨ ਭਾਵੇਂ ਉਹ ਕਥਾ ਕਰਨ ਉਹਨਾਂ ਚਰ ਵਿਸ਼ੇਸ਼ ਕ੍ਰਾਂਤੀ ਨਹੀਂ ਆਉਣੀ ਸਤਿਗੁਰੂ ਗੁਰਦੇਵ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਘਰ ਦਾ ਰੂਪ ਵਿੱਚ ਥਾਂੇ ਪਾਉਣ ਦਾਸ ਅਕਸਰ ਬੇਨਤੀ ਕਰ ਰਿਹਾ ਹਰ ਰੋਜ਼ ਇਸ ਸਟੇਜ ਤੋਂ ਆਪਾਂ ਸਰਵਣ ਕਰਦੇ ਆਂ ਸੋ ਇੱਕ ਇੱਕ ਪਿੰਡ ਵਿੱਚੋਂ ਇੱਕ ਇੱਕ ਮਹੱਲੇ ਵਿੱਚੋਂ ਪਿਛਲੇ ਦਿਨ ਹੀ ਕੋਈ ਸਿੰਘ ਆਏ ਸਾਨੂੰ ਉਹਨਾਂ ਨੇ 1 ਲੱਖ ਦਮੜਾ ਹਾਜ਼ਰ ਕੀਤਾ ਮੇਰੇ ਪਿਆਰੇ ਸਨ ਤੇ ਮੈਂ ਉਹਨਾਂ ਨੂੰ ਹੱਸ ਕੇ ਕਿਹਾ ਸੀਗਾ ਵੀ ਤੁਸੀਂ 1 ਲੱਖ ਹਾਜ਼ਰ ਕੀਤਾ ਬਹੁਤ ਖੁਸ਼ੀ ਦੀ ਗੱਲ ਐ ਤੁਸੀਂ ਨੌ ਮਿੱਤਰ ਸੱਜਣ ਰਿਸ਼ਤੇਦਾਰ ਸੰਬੰਧੀ ਜੋੜਦੇ ਹੋਰ ਤੇ 10 ਲੱਖ ਰੁਪਇਆ ਲੈ ਕੇ ਆਉਂਦੇ ਪੂਰੇ ਦਾ ਪੂਰਾ ਕਮਰਾ ਹੀ ਮੈਂ ਵੈਸੇ ਮਜ਼ਾਕ ਵਿੱਚ ਉਹਨਾਂ ਨੂੰ ਕਿਹਾ ਸੀ ਇੰਨੇ ਦਮੜੇ ਦੇਣੇ ਵੀ ਬਹੁਤ ਵੱਡੀ ਗੱਲ ਆ ਤੋ ਇਸ ਪ੍ਰਕਾਰ ਮੈਂ ਕਹਿਣਾ ਇਹ ਚਾਹੁੰਦਾ ਕਿ ਭੈਣ ਭਰਾ ਇਕੱਠੇ ਹੋ ਜਾਓ ਖਾਨਦਾਨ ਇਕੱਠੇ ਹੋ ਜਾਓ ਸੱਜਣ ਮਿੱਤਰ ਇਕੱਠੇ ਹੋ ਜਾਓ ਪਿੰਡ ਵਾਲੇ ਇਕੱਠੇ ਹੋ ਜਾਓ ਮੁਹੱਲੇ ਵਾਲੇ ਇਕੱਠੇ ਹੋ ਜਾਓ ਆਪਣੇ ਪਿੰਡ ਦੇ ਨਾਮ ਤੇ ਇੱਥੇ ਬੁੰਗੇ ਬਣ ਰਹੇ ਜੇ ਜਿਵੇਂ ਪਹਿਲਾਂ ਬੁੰਗੇ ਸਨ ਦਰਬਾਰ ਸਾਹਿਬ ਪਿੰਡਾਂ ਦੇ ਬੁੰਗੇ ਸਨ ਖਾਨਦਾਨਾਂ ਦੇ ਰਾਮ ਗੱਡੀਆਂ ਦਾ ਆਲੂ ਵਾਲੀਆਂ ਦਾ ਬੁੰਗਾ ਭੰਗੀਆਂ ਦਾ ਇਸ ਤਰ੍ਹਾਂ ਗਿਆਨੀਆਂ ਦੇ ਬੁੰਗੇ ਸਨ ਸਾਰਿਆਂ ਦੇ ਬੁੰਗੇ ਸਨ ਇੱਥੇ ਬੁੰਗੇ ਹੀ ਬਣ ਰਹੇ ਨੇ ਇੱਕ ਵਾਰੀ ਕਮਰਾ ਬਣ ਗਿਆ ਆਪਾਂ ਤੇ ਸਾਲਾਂ ਬਾਅਦ ਆਉਣਾ ਤੇ ਉਹ ਜੁਗਾ ਜੁਗਾ ਤੱਕ ਗੁਰੂ ਕੀ ਨਿਸ਼ਾਨੀ ਰਹਿਣੀ ਹੈ ਇਸ ਕਰਕੇ ਘਟੋ ਘਟ 2-4000 ਤੇ ਕਮਰੇ ਹੋਣ ਅਸੀਂ ਤੇ ਅਸੀਂ ਸਟੇਜ ਤੋਂ ਹੀ ਬੇਨਤੀ ਕਰ ਰਹੇ ਆਂ ਜੇ ਵਿਸ਼ੇਸ਼ ਹਮਲਾ ਨਾ ਵਜਿਆ ਤੇ ਅਸੀਂ ਫਿਰ ਘਰਾਂ ਘਰਾਂ ਤੱਕ ਤੁਹਾਡੇ ਕੋਲ ਪਹੁੰਚ ਜਾਣਾ ਬਾਬਾ ਜਗਜੀਤ ਸਿੰਘ ਜੀ ਜਿਹੜੇ ਹਰਖੋ ਵਾਲੀਏ ਮਹਾਂਪੁਰਖ ਹੋਏ ਨੇ ਉਹਨਾਂ ਨੇ ਇੱਕ ਬਚਨ ਆਖਿਆ ਕਿ ਮਰ ਜਾਮੋ ਮੰਗੋ ਨਹੀਂ ਆਪਣੇ ਘਰ ਕੇ ਕਾਜ ਮਰ ਜਾਮੋ ਮੰਗੋ ਨਹੀਂ ਆਪਣੇ ਘਰ ਕੇ ਕਾਜ ਗੁਰੂ ਪੰਥ ਕੇ ਕਾਰਨੇ ਮੋਹੇ ਨਾ ਵੇ ਲਾਇ ਗੁਰੂ ਘਰ ਵਿੱਚ ਵਿਚਰਦਿਆਂ ਮੈਨੂੰ 21-22 ਸਾਲ ਹੋ ਗਏ ਗੁਰੂ ਕੀ ਗੋਦ ਵਿੱਚ ਅਦਬ ਵਿੱਚ ਰਹਿ ਕੇ ਕਹਿੰਨੇ ਆ ਅੱਜ ਤੱਕ ਕੋਈ ਵੀ ਸਿੱਖ ਨਹੀਂ ਕਹਿ ਸਕਦਾ ਕਿ ਅਸੀਂ ਕਿਤੇ ਕਿਸੇ ਜਗ੍ਹਾ ਤੋਂ ਭੇਟਾ ਮੰਗੀ ਮੈਂ ਲਾਈਵ ਕਹਿ ਰਿਹਾ ਸਮੁੱਚਾ ਪੰਥ ਸੁਣ ਰਿਹਾ ਕੋਈ ਨਹੀਂ ਕਹਿ ਸਕਦਾ ਵੀ ਸੋਦੇਵ ਸਿੰਘ ਨੇ ਸਾਡੇ ਤੋਂ ਭੇਟਾ ਮੰਗੀ ਆ ਜਾਂ ਕੋਈ ਦਾਂ ਦੀ ਗੱਲ ਮਰ ਜਾਵੋ ਮੰਗੋ ਨਹੀਂ ਆਪਣੇ ਘਰ ਕੇ ਕਾਜ ਪਰ ਗੁਰੂ ਪੰਥ ਕੇ ਕਾਰਨੇ ਮੋਹੇ ਨਾ ਆਵੇ ਇਲਾਜ ਜਿੱਥੇ ਪੰਥ ਦੀ ਗੱਲ ਹੋਵੇਗੀ ਗੁਰੂ ਘਰ ਦੀਆਂ ਇਮਾਰਤਾਂ ਦੀ ਗੱਲ ਹੋਵੇਗੀ ਉੱਥੇ ਅਸੀਂ ਝੋਲੀ ਪਸਾਰ ਕੇ ਵੀ ਮੰਗਾਗੇ ਤੇ ਇੱਕ ਇੱਕ ਰੁਪਏ ਦੀ ਰਸੀਦ ਦੇਵਾਂਗੇ ਤੇ ਦੇਰੀ ਵੀ ਕੋਈ ਨਹੀਂ ਦੇਰੀ ਵੀ ਕੋਈ ਨਹੀਂ ਇੱਕ ਇੱਕ ਰੁਪਏ ਦੀ ਰਸੀਦ ਹਰ ਗੁਰਸਿੱਖ ਨੂੰ ਪ੍ਰਿਆਪਤ ਹੋਵੇਗੀ ਇਸ ਕਰਕੇ ਘਟੋ ਘਟ ਦੋ ਚਾਰ ਹਜ਼ਾਰ ਕਮਰੇ ਤਾਂ ਹੋਣ ਇਹ ਸਾਰਾ ਬੋਝ ਪੰਥ ਦੇ ਮੋਢਿਆਂ ਤੇ ਆ ਅਸੀਂ ਤੇ ਹੋਕਾ ਦੇਣਾ ਹੈ ਇਸ ਹੋਕੇ ਨੂੰ ਸਰਵਣ ਕਰੋ ਤੇ ਤਿਆਰੀ ਕਰੋ ਸਮਾ ਪੂਰਾ ਪ੍ਰਸੰਗ ਵੀ ਪੂਰਾ ਅਗਲੀ ਕਥਾ ਅਗਲੇ ਦੀਵਾਨਾ ਵਿੱਚ ਸਰਮਣ ਕਰਾਂਗੇ ਲੇਖੇ ਗਣਤਨਾ ਛੂਟੀ ਹੈ ਕਾਚੀ ਪੀਤ ਨਾ ਸੁਧ ਜਿਸੇ 부ਜਾਏ ਨਾਨਕਾ ਤਿਸ ਗੁਰਮਖ ਨਿਰਮਲ ਬੁੱਧ ਛਡ ਸੰਗਤ ਕੋ ਦਰਸਨੁ ਦੇਹ ਸਭ ਸੇਖਨ ਆਨੰਦ ਉਪਜੈ ਹਮ ਸੁਣ ਕੇ ਸਭ ਕੇ ਸੰਗ ਕਹੀ ਚਹ ਜੇ ਗੁਰੂ ਕਥਨ ਕੁਛ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ